ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਲਾਂਚਪੈਡ ਐਜੂਕੇਸ਼ਨ ਪੰਜਾਬ ਸੋ ਬਿਗਿਨ ਕਰਾਂਗੇ ਸੈਸ਼ਨ ਦੇ ਨਾਲ ਤੇ ਸੈਸ਼ਨ ਦੇ ਨਾਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਾਂ ਸੈਸ਼ਨ ਨੂੰ ਸ਼ੇਅਰ ਕਰ ਦੇਵਾਂਗੇ ਲਾਈਕ ਕਰ ਦੇਵਾਂਗੇ ਸੋ ਦੈਟ ਬਾਕੀ ਵੀ ਆ ਜਾਣ ਐਂਡ ਫਿਰ ਆਪਾਂ ਸੈਸ਼ਨ ਦੇ ਨਾਲ ਸ਼ੁਰੂ ਕਰਾਂਗੇ ਬਹੁਤ ਸਾਰੇ ਕੁਐਸਚਨਸ ਨੇ ਅੱਜ ਬਹੁਤ ਸਾਰੀਆਂ ਇੰਪੋਰਟੈਂਟ ਨਿਊਜ਼ ਨੇ ਜਿਹੜੀਆਂ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਹੀ ਰਿਲੇਵੈਂਟ ਨੇ ਸੋ ਬਿਗਿਨ ਕਰਾਂਗੇ ਸੈਸ਼ਨ ਦੇ ਨਾਲ ਵੈਰੀ ਗੁੱਡ ਮਾਰਨਿੰਗ ਪ੍ਰਵੀਨ ਝਾ ਸੋ ਸਭ ਤੋਂ ਪਹਿਲਾਂ ਤਾਂ ਫਲੈਟ 80% ਔਫ ਜਿਹੜਾ ਹੈ ਜੀ ਉਹ ਵੈਲਿਡ ਹੈ ਜੀ ਪੰਜਾਬ ਪੁਲਿਸ ਪਟਵਾਰੀ ਅਤੇ ਐਕਸਾਈਜ਼ ਦੇ ਬੈਚਸ ਦੇ ਉੱਪਰ ਅਤੇ ਫਲੈਟ 80% ਔਫ ਲੈਣ ਲਈ ਤੁਸੀਂ ਕੋਡ ਲਗਾਉਣਾ ਹੈ ਅਫਸਰ ਠੀਕ ਹੈ ਜੀ ਕੋਡ ਕੀ ਹੈ ਅਫਸਰ ਜਦੋਂ ਤੁਹਾਨੂੰ ਇਹ ਬੈਚ ਮਿਲੇਗਾ ਜਦੋਂ ਤੁਸੀਂ ਇਹ ਕੋਡ ਲਗਾਓਗੇ ਅਫਸਰ ਉਹਦੇ ਵਿੱਚ 999 ਦੇ ਵਿੱਚ ਬੈਚ ਪਲੱਸ ਟੈਸਟ ਸੀਰੀਜ਼ ਤੁਹਾਨੂੰ ਇੰਕਲੂਡ ਮਿਲਦੀਆਂ ਨੇ ਸੋ ਇਹਦੇ ਵਿੱਚ ਤੁਸੀਂ ਇਨਰੋਲ ਕਿਵੇਂ ਕਰਨਾ ਹੈ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਸਾਡੀ ਵੈਬਸਾਈਟ launchpadeducation.in ਤੇ ਉੱਥੇ ਤੁਹਾਨੂੰ ਡਿਫਰੈਂਟ ਡਿਫਰੈਂਟ ਬੈਚਸ ਜਿਹੜੇ ਨੇ ਅਵੇਲੇਬਲ ਮਿਲ ਜਾਣਗੇ ਤੁਸੀਂ ਉਹਨਾਂ ਦੇ ਵਿੱਚ ਕੀ ਕਹਿੰਦੇ ਨੇ ਇਨਰੋਲ ਕਰ ਲੈਣਾ ਕਲਿੱਕ ਕਰਨਾ ਐਡ ਟੂ ਕਾਰਟ ਕਰਕੇ ਤੁਸੀਂ ਜਦੋਂ ਇੱਕ ਕੋਡ ਅਪਲਾਈ ਕਰੋਗੇ ਅਫਸਰ ਉਹਦੇ ਨਾਲ ਤੁਹਾਨੂੰ ਫਲੈਟ 80% ਔਫ ਮਿਲ ਜਾਏਗਾ ਸਿਮਿਲਰਲੀ ਅਗਰ ਤੁਸੀਂ ਬਾਕੀ ਸਾਰੇ ਪੰਜਾਬ ਦੇ ਇਗਜ਼ਾਮਸ ਵੀ ਦੇਣੇ ਨੇ ਐਂਡ ਤੁਸੀਂ ਬਾਰ ਬਾਰ ਪੈਸੇ ਨਹੀਂ ਖਰਚਣਾ ਚਾਹੁੰਦੇ ਸੋ ਓਬਵੀਅਸਲੀ ਦੇਰ ਇਜ਼ ਅ ਬੈਚ ਪੰਜਾਬ ਕੋਰ ਬੈਚ ਇੱਕ ਅਜਿਹਾ ਬੈਚ ਜਿਹੜਾ ਆਉਣ ਵਾਲੇ ਇੱਕ ਸਾਲ ਤੱਕ ਜਿੰਨੇ ਵੀ ਪੰਜਾਬ ਦੇ ਇਗਜ਼ਾਮਸ ਨੇ ਉਹਨਾਂ ਵਿੱਚ ਤੁਹਾਡੀ ਹੈਲਪ ਕਰਦਾ ਹੈ ਸਾਰੇ ਇਗਜ਼ਾਮਸ ਇਹਦੇ ਵਿੱਚ ਤੁਹਾਨੂੰ ਇੰਕਲੂਡ ਮਿਲਦੇ ਨੇ ਇਗਜ਼ਾਮ ਪੈਟਰਨ ਦੇ ਅਕੋਰਡਿੰਗ ਟੈਸਟ ਸੀਰੀਜ਼ ਇਸ ਬੈਚ ਦੇ ਵਿੱਚ ਇੰਕਲੂਡ ਮਿਲਦੀ ਹੈ ਪਲੱਸ ਹੁਣ ਇਸ ਬੈਚ ਦੇ ਉੱਪਰ ਵੀ 60% ਔਫ ਲਈ ਤੁਸੀਂ ਕੋਡ ਲਗਾਉਣਾ ਹੁੰਦਾ ਹੈ ਕੋਡ ਹੈ LP ਹਰਸ਼ੀ ਠੀਕ ਹੈ ਜੀ ਸਿਮਿਲਰਲੀ ਮੂਵਿੰਗ ਟੂ ਆਫਲਾਈਨ ਮੋਡ ਦੇ ਵਿੱਚ ਪੰਜਾਬ ਪੁਲਿਸ ਪਟਵਾਰੀ ਤੇ ਜਿਹੜੇ ਬੈਚਸ ਨੇ ਉਹਨਾਂ ਦੇ ਉੱਪਰ ਫਲੈਟ 80% ਔਫ ਵੈਲਿਡ ਹੈ ਤੇ 80% ਔਫ ਲੈਣ ਲਈ ਤੁਸੀਂ ਕੋਡ ਲਗਾਉਣਾ ਹੁੰਦਾ ਹੈ ਅਫਸਰ ਠੀਕ ਹੈ ਜੀ ਕੋਡ ਫੋਰ ਦੈਟ ਇਜ਼ ਅਫਸਰ ਸਿਮਿਲਰਲੀ ਪੰਜਾਬ ਕੋਰ ਬੈਚ ਦੇ ਵਿੱਚ ਵੀ ਤੁਸੀਂ ਜਦੋਂ ਇਨਰੋਲ ਕਰਨਾ ਹੈ ਆਫਲਾਈਨ ਮੋਡ ਦੇ ਵਿੱਚ ਤਦ ਕੋਡ ਤੁਸੀਂ ਲਗਾਉਣਾ ਹੈ LP ਹਰਸ਼ੀ ਠੀਕ ਹੈ ਜੀ ਐਂਡ ਇੱਕ ਵਾਰੀ ਕੈਲੰਡਰ ਵੱਲ ਵੀ ਨਜ਼ਰ ਮਾਰਦੇ ਹਾਂ 14 ਨੂੰ ਤੁਹਾਡਾ ਪਟਵਾਰੀ ਦਾ ਪੇਪਰ ਹੈ ਯਾਨੀ 99 ਦਿਨ ਤੁਹਾਡੇ ਕੋਲ ਰਹਿ ਗਏ ਨੇ ਹੁਣ ਤੇ ਬਿਕੋਜ਼ 10 ਦਿਨ ਦੀ ਹੀ ਗੱਲ ਹੈ ਅੱਜ 4th ਹੋ ਗਈ 21st May ਨੂੰ ਐਕਸਾਈਜ਼ 25 June ਨੂੰ ਤੁਹਾਡਾ ਕਲਰਕ ਕਮ DO 16 July ਤੁਹਾਡਾ ਕਲਰਕ PSSB ਵਾਲਾ ਠੀਕ ਹੈ ਜੀ ਐਂਡ ਅਲੋਂਗ ਵਿਦ ਦੈਟ PCS ਦੀ ਡੇਟ ਕਦੀ ਵੀ ਆ ਸਕਦੀ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਸੁਪਨਾ ਹੋਏਗਾ SDM DSP ਲੱਗਣ ਦਾ ਸੋ ਜਿਹੜੇ ਨਵੇਂ ਬੈਚਸ ਨੇ ਫਰੈਸ਼ ਬੈਚਸ ਉਹ ਸਟਾਰਟ ਹੋ ਚੁੱਕੇ ਨੇ PCS ਦੇ ਸੋ ਜਿੰਨੀ ਜਲਦੀ ਤੁਸੀਂ ਇਨਰੋਲ ਕਰੋਗੇ ਉਨਾ ਤੁਹਾਡੇ ਲਈ ਹੀ ਬੈਨੀਫਿਸ਼ਲ ਰਹੇਗਾ ਪਲੱਸ ਅਲੋਂਗ ਵਿਦ ਦੈਟ ਇਹਦੇ 'ਚ ਤੁਹਾਨੂੰ ਡੈਮੋ ਕਲਾਸਿਸ ਮਿਲਦੀਆਂ ਨੇ ਇੱਕ ਵਾਰੀ ਡੈਮੋ ਕਲਾਸਿਸ ਲਗਾਓ ਫਿਰ ਡਿਸਾਈਡ ਕਰੋ ਇੱਕ ਸੋਚ ਸਮਝ ਕੇ ਇਨਫੋਰਮਡ ਡਿਸੀਜਨ ਲਓ ਕਿ ਤੁਸੀਂ ਇਸ ਪ੍ਰਿਪਰੇਸ਼ਨ ਦੇ ਵਿੱਚ ਸਾਡੇ ਨਾਲ ਅੱਗੋਂ ਕੰਟੀਨਿਊ ਕਰਨਾ ਹੈ ਜਾਂ ਨਹੀਂ ਕਰਨਾ ਠੀਕ ਹੈ ਜੀ ਸੋ ਆਫਲਾਈਨ ਆਨਲਾਈਨ ਮੋਡ ਦੇ ਵਿੱਚ ਵੀ ਅਗੇਨ ਕੋਡ ਆਫਲਾਈਨ ਲਈ ਤੁਸੀਂ ਕੋਡ ਲਗਾਉਣਾ ਹੈ ਕਲੀਅਰ PCS ਸਿਮਿਲਰਲੀ ਆਫਲਾਈਨ ਮੋਡ ਦੇ ਵਿੱਚ ਵੀ ਲੁਧਿਆਣਾ 'ਚ ਕਲਾਸਿਸ ਲੱਗਦੀਆਂ ਨੇ ਤੁਹਾਨੂੰ ਬੈਚਸ ਮਿਲ ਜਾਣਗੇ ਸੋ ਇਹਦੇ ਵਿੱਚ ਵੀ ਤੁਹਾਨੂੰ ਡੈਮੋ ਕਲਾਸਿਸ ਇੰਕਲੂਡ ਮਿਲਦੀਆਂ ਨੇ ਗੋ ਫੋਰ ਡੈਮੋ ਕਲਾਸਿਸ ਫਸਟ ਐਂਡ ਦੈਨ ਡਿਸਾਈਡ ਠੀਕ ਹੈ ਜੀ ਸੋ ਲੈਟਸ ਬਿਗਿਨ ਵਿਦ ਦ ਕਲਾਸ ਵੈਰੀ ਗੁੱਡ ਮਾਰਨਿੰਗ ਜੋਤ ਗੁੱਡ ਮਾਰਨਿੰਗ ਪ੍ਰਵੀਨ ਝਾ ਸੋ ਇੱਕ ਵਾਰੀ ਆਪਾਂ ਸੈਸ਼ਨ ਨੂੰ ਸ਼ੇਅਰ ਕਰ ਦਿਆਂਗੇ ਤਾਂ ਕਿ ਬਾਕੀ ਵੀ ਆ ਜਾਣ ਤੇ ਮੈਨੂੰ ਸਮਝ ਨਹੀਂ ਆ ਰਹੀ ਜਿਵੇਂ ਜਿਵੇਂ ਪੇਪਰ ਕੋਲ ਆ ਰਹੇ ਨੇ ਉਵੇਂ ਉਵੇਂ ਤੁਹਾਡਾ ਜੋਸ਼ ਕਿਉਂ ਘਟਦਾ ਜਾ ਰਿਹਾ ਬਲਕਿ ਹੁਣ ਤਾਂ ਜੋਸ਼ ਵਧਣਾ ਚਾਹੀਦਾ ਕੁਛ ਹੀ ਦਿਨ ਰਹਿ ਗਏ ਨੇ ਪਟਵਾਰੀ ਦੇ ਪੇਪਰ ਨੂੰ ਹਾਰਡਲੀ 10 ਦਿਨ ਟੂਡੇਜ਼ 4th ਐਂਡ 10 ਦਿਨਾਂ ਬਾਅਦ ਤੁਹਾਡਾ ਪਟਵਾਰੀ ਦਾ ਪੇਪਰ ਹੈ ਜੇ ਇੱਦਾਂ ਚੱਲੋਗੇ ਤਾਂ ਤਿਆਰੀ ਕੀ ਹੋਊਗੀ ਐਨਰਜੀ ਲੋ ਰਹੇਗੀ ਤਾਂ ਤਿਆਰੀ ਨਹੀਂ ਹੋਣੀ ਸੋ ਕੀਪ ਯੋਰ ਸਪਿਰਿਟਸ ਹਾਈ ਕੀਪ ਯੋਰ ਐਨਰਜੀਜ਼ ਹਾਈ ਸੋ ਦੈਟ ਕਿ ਤੁਸੀਂ ਵਧੀਆ ਤਿਆਰੀ ਕਰਕੇ ਆਪਣਾ ਪੇਪਰ ਜਿਹੜਾ ਹੈ 10 ਦਿਨ ਨੂੰ ਵਧੀਆ ਤਰੀਕੇ ਨਾਲ ਯੂਟੀਲਾਈਜ਼ ਕਰਕੇ ਉਹਨੂੰ ਕਲੀਅਰ ਕਰ ਲਓ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਕੀ ਬਣਾਇਆ ਜਾ ਰਿਹਾ ਹੈ ਕੋਲ ਮਾਈਨਰਸ ਡੇ ਕੋਲਸ ਮਾਈਨਰ ਡੇ ਕਦੋਂ ਮਨਾਇਆ ਜਾਂਦਾ ਹੈ ਹਰ ਸਾਲ 4 May ਨੂੰ ਕੋਲ ਮਾਈਨਰ ਡੇ ਮਨਾਇਆ ਜਾਂਦਾ ਹੈ ਤਾਂ ਕਿ ਜਿਹੜੇ ਕੋਲ ਮਾਈਨਰਸ ਹੁੰਦੇ ਨੇ ਜਿਹੜੀਆਂ ਆਪਣੀਆਂ ਖਦਾਨਾਂ ਹੁੰਦੀਆਂ ਨੇ ਉਹਨਾਂ ਵਿੱਚ ਕੰਮ ਕਰਨ ਵਾਲੇ ਵਰਕਰਸ ਉਹਨਾਂ ਨੂੰ ਆਨਰ ਕਰਨ ਵਾਸਤੇ ਕੋਲ ਮਾਈਨਿੰਗ ਮਾਈਨਿੰਗ ਕੀ ਇੰਡੀਆ ਦੀ ਮੋਸਟ ਡੇਂਜਰਸ ਪ੍ਰੋਫੈਸ਼ਨਲ ਹੈ ਹੁਣ ਓਬਵੀਅਸਲੀ ਬਹੁਤ ਸਾਰੇ ਕੋਲ ਮਾਈਨਰਸ ਨੇ ਜਿਹਨਾਂ ਦੇ ਇਸ ਪ੍ਰੈਕਟਿਸ ਨੂੰ ਅਡੋਪਟ ਕਰਦੇ ਹੋਏ ਕੰਮ ਕਰਦੇ ਹੋਏ ਡੈਥ ਚਲੀਆਂ ਜਾਂਦੀਆਂ ਨੇ ਤੇ ਇਹ ਜਿਹੜੀ ਪ੍ਰੈਕਟਿਸ ਹੈ ਸਭ ਤੋਂ ਡੇਂਜਰਸ ਪ੍ਰੋਫੈਸ਼ਨ ਦੇ ਵਿੱਚ ਆਉਂਦੀ ਹੈ ਕੋਲ ਮਾਈਨਰਸ ਉਹ ਮੈਨ ਨੇ ਜਿਹਨਾਂ ਨੂੰ ਪਤਾ ਹੁੰਦਾ ਹੂ ਨੋ ਦੈਟ ਦੇ ਮੇ ਨੋਟ ਰਿਟਰਨ ਹੋਮ ਬੈਕ ਆਫਟਰ ਦ ਵਰਕ ਵੈਨ ਦ ਡੇ ਇਜ਼ ਓਵਰ ਓਬਵੀਅਸਲੀ ਹੁਣ ਤੁਹਾਨੂੰ ਨਹੀਂ ਪਤਾ ਤੁਹਾਡਾ ਮਤਲਬ ਜਿਹੜੇ ਕੋਲ ਮਾਈਨਰਸ ਨੇ ਉਹਨਾਂ ਨੂੰ ਨਹੀਂ ਪਤਾ ਕਿ ਦਿਨ 'ਚ ਕੰਮ ਕਰਦੇ ਹੋਏ ਕਦੀ ਵੀ ਕੋਈ ਵੀ ਹਾਦਸਾ ਹੋ ਸਕਦਾ ਸੋ ਦੇ ਆਰ ਨੋਟ ਸ਼ਿਓਰ ਕਿ ਵੈਦਰ ਦੇ ਆਰ ਗੋਇੰਗ ਟੂ ਕਮ ਬੈਕ ਟੂਡੇ ਔਰ ਨੋਟ ਠੀਕ ਹੈ ਨਾ ਕੰਮ ਤੋਂ ਵਾਪਸ ਆਉਣਗੇ ਵੀ ਜਾਂ ਨਹੀਂ ਆਉਣਗੇ ਦੇ ਆਲਸੋ ਵਰਕ ਇਨ ਦ ਕੋਲ ਮਾਈਨਸ ਐਂਡ ਔਨ ਦੇਅਰ ਡੇਲੀ ਵੇਜਸ ਸੋ ਤੁਹਾਨੂੰ ਪਤਾ ਅੰਡਰ ਦੀ ਅਰਥ ਕੋਲ ਮਾਈਨਸ ਦੇ ਵਿੱਚ ਮੂਵ ਕਰਕੇ
ਜਿਹੜੇ ਆਪਣੇ ਡੇਲੀ ਵੇਜਰਸ ਨੇ ਉਹਨਾਂ ਨੂੰ ਅਰਨ ਕਰਨ ਦਾ ਕੰਮ ਕਰਦਾ ਹੈ ਕੋਲ ਮਾਈਨਰਸ, ਉਹਨਾਂ ਨੂੰ ਹੀ ਆਨਰ ਕਰਨ ਵਾਸਤੇ ਇਹ ਦਿਨ ਮਨਾਇਆ ਜਾਂਦਾ ਹੈ ਕੋਲ ਮਾਈਨਰਸ ਡੇ, 4th of May। ਸਿਮਿਲਰਲੀ ਨੈਕਸਟ ਡੇ ਆਪਣੇ ਕੋਲ ਕੀ ਆਉਂਦਾ ਹੈ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ। ਸੋ ਇੰਟਰਨੈਸ਼ਨਲ ਲੈਵਲ ਤੇ ਯਾਨੀ ਗਲੋਬਲ ਲੈਵਲ ਤੇ ਮਨਾਇਆ ਜਾ ਰਿਹਾ, ਹਰ ਸਾਲ ਮਨਾਇਆ ਜਾਂਦਾ 4 May ਨੂੰ। ਇਹਨੂੰ ਇੰਸਟੀਟਿਊਟ ਕੀਤਾ ਗਿਆ ਸੀ 4th of January 1999 ਦੇ ਵਿੱਚ, ਜਦੋਂ ਇੱਕ ਪ੍ਰਪੋਜ਼ਲ ਆਇਆ ਈਮੇਲ ਦੇ ਥਰੂ ਕਿ ਅਕ੍ਰੋਸ ਦੀ ਵਰਲਡ ਜਿਹੜੀਆਂ ਫਾਇਰ ਫਾਈਟਰਸ ਨੇ, ਬੁਸ਼ ਫਾਇਰਸ, ਓਬਵੀਅਸਲੀ ਤੁਹਾਨੂੰ ਪਤਾ ਜਿਹੜੀਆਂ ਫੋਰੈਸਟ ਫਾਇਰਸ ਲੱਗਦੀਆਂ ਨੇ, ਆਸਟ੍ਰੇਲੀਆ ਦੇ ਵਿੱਚ ਫੋਰੈਸਟ ਫਾਇਰ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਦੀ ਹੈ, ਮਤਲਬ ਐਵਰੀ ਈਅਰ ਮੋਸਟ ਆਫ ਦ ਟਾਈਮ ਹੁੰਦਾ ਹੀ ਹੁੰਦਾ। ਸੋ ਉਸੀ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਕਿ ਜਿਹੜੇ 5 ਫਾਇਰ ਫਾਈਟਰਸ ਸੀ ਉਹਨਾਂ ਦੀ ਬੁਸ਼ ਫਾਇਰ ਇਨ ਆਸਟ੍ਰੇਲੀਆ ਫੋਰੈਸਟ ਫਾਇਰਸ ਦੇ ਵਿੱਚ ਡੈਥ ਹੋ ਗਈ ਸੀ, ਉਸ ਚੀਜ਼ ਨੂੰ ਅਬਜ਼ਰਵ ਕਰਦੇ ਹੋਏ ਉਹਨਾਂ ਦੇ ਆਨਰ, ਉਹਨਾਂ ਦੇ ਸੈਕਰੀਫਾਈਸ ਨੂੰ ਰੈਕੋਗਨਾਈਜ਼ ਕਰਨ ਵਾਸਤੇ ਇਹ ਦਿਨ ਮਨਾਇਆ ਜਾਂਦਾ, ਤਾਂ ਕਿ ਜਿਹੜੀਆਂ ਇਹਨਾਂ ਦੀ ਕਮਿਊਨਿਟੀਜ਼ ਨੇ, ਇਨਵਾਇਰਮੈਂਟਸ ਨੇ, ਉਹਨਾਂ ਨੂੰ ਸੇਫ ਬਣਾਇਆ ਜਾਵੇ। ਠੀਕ ਹੈ ਜੀ, ਆਨਰ ਐਂਡ ਰਿਸਪੈਕਟ ਫੋਰ ਆਲ ਦੀ ਫਾਇਰ ਫਾਈਟਰਸ ਜੀ। ਵੈਰੀ ਗੁੱਡ ਮਾਰਨਿੰਗ ਹਰਵਿੰਦਰ ਸਿੰਘ। ਸੋ ਅੱਗੇ ਚੱਲਾਂਗੇ ਨੈਕਸਟ ਨਿਊਜ਼ ਦੇ ਵੱਲ। ਚਾਈਨਾ ਦੀ ਫਸਟ, ਚਾਈਨਾ ਫਸਟ ਮੇਲ ਵਰਲਡ ਚੈਸ ਚੈਂਪੀਅਨਸ਼ਿਪ ਕੌਣ ਬਣੇ ਨੇ? ਡਿੰਗ ਲਿਰਨ। ਡਿੰਗ ਲਿਰਨ ਜਿਹੜੇ ਨੇ ਉਹ ਚਾਈਨਾ ਦੇ ਫਸਟ ਵਰਲਡ ਚੈਸ ਚੈਂਪੀਅਨਸ਼ਿਪ ਬਣੇ ਨੇ। ਸੋ ਨਾਮ ਯਾਦ ਰਹਿਣਾ ਚਾਹੀਦਾ, ਡਿੰਗ ਲਿਰਨ ਬਿਕਮਸ ਚਾਈਨਾ ਫਸਟ ਵਰਲਡ ਚੈਸ ਚੈਂਪੀਅਨਸ਼ਿਪ, ਕਿੱਥੇ ਹੋਈ? ਕਜ਼ਾਕਿਸਤਾਨ ਅਸਥਾਨਾ ਦੇ ਵਿੱਚ। ਐਂਡ ਇਸ ਤੋਂ ਪਹਿਲਾਂ ਕੌਣ ਵਿਨਰ ਸੀ? ਹੀ ਸਕਸੀਡਿਡ ਐਸ ਦ ਵਿਨਰ ਆਫ ਦੀ ਵਰਲਡ ਚੈਸ ਚੈਂਪੀਅਨਸ਼ਿਪ ਫਰੋਮ ਨਾਰਵੇ। ਨਾਰਵੇ ਤੋਂ ਵੀ ਵਰਲਡ ਚੈਸ ਚੈਂਪੀਅਨਸ਼ਿਪ ਰਹਿ ਚੁੱਕੇ ਨੇ ਇਹ ਪਰਸਨ ਡਿੰਗ ਲਿਰਨ। ਐਂਡ ਇਹਨਾਂ ਦੀ ਵਿਕਟਰੀ ਜਿਹੜੀ ਹੈ ਉਹ ਇੱਕ 17th ਵਿਨਰ ਬਣ ਜਾਂਦੇ ਨੇ ਕਿਤੇ ਵਰਲਡ ਚੈਸ ਟੂਰਨਾਮੈਂਟ ਦੇ। ਠੀਕ ਹੈ ਜੀ, ਐਂਡ 2009 ਦੇ ਵਿੱਚ ਉਹ ਚਾਈਨਾ ਦੀ ਯੰਗੈਸਟ ਚੈਸ ਚੈਂਪੀਅਨਸ਼ਿਪ ਵੀ ਬਣੇ ਸੀ ਨੈਸ਼ਨਲ ਲੈਵਲ ਦੇ ਉੱਪਰ। ਚਾਈਨਾ ਦੀ ਯੰਗੈਸਟ ਚੈਸ ਚੈਂਪੀਅਨਸ਼ਿਪ ਕੌਣ ਸੀ? ਦਿਸ ਜ਼ਿੰਗ ਲਿਰਨ। ਠੀਕ ਹੈ ਜੀ, ਸੋ ਇਹਨਾਂ ਨੇ ਅਵਾਰਡ ਵੀ ਜਿੱਤੇ। ਸੋ ਇਹ ਤੁਹਾਡੇ ਜਿਹੜੇ ਸਪੋਰਟਸ ਦੇ ਨਾਲ ਰਿਲੇਟਡ ਹੁੰਦੇ ਨੇ ਇਵੈਂਟਸ, ਉਹਦੇ ਵਾਸਤੇ ਕਰੰਟ ਦੀ ਨਿਊਜ਼ ਬੜੀ ਇੰਪੋਰਟੈਂਟ ਹੋ ਜਾਂਦੀ ਹੈ। ਉਸ ਤੋਂ ਬਾਅਦ ਆਉਂਦਾ ਹੈ ਕਿੰਗ ਚਾਰਲਸ 3 ਕਨਫਰਮ ਬ੍ਰਿਟੇਨਸ ਆਨਰਰੀ ਮੇਬੀ ਔਨ ਡਾਕਟਰ MN ਨੰਦਾ ਕੁਮਾਰ। ਕਿੰਗ ਚਾਰਲਸ 3 ਨੇ ਨੂੰ ਅਵਾਰਡ ਕੀਤੇ ਇੱਕ ਆਨਰਰੀ ਜਿਹਦਾ ਨਾਮ ਕੀ ਹੈ, MBE, ਦੈਟ ਇਜ਼ ਮੈਂਬਰ ਆਫ ਆਰਡਰ ਆਫ ਬ੍ਰਿਟਿਸ਼ ਇੰਪਾਇਰ। ਕਿਹਨੂੰ ਦਿੱਤਾ? ਡਾਕਟਰ MN ਨੰਦਾ ਕੁਮਾਰ ਨੂੰ, ਜਿਹੜੇ ਇੱਕ ਰੀਨੋਨ ਸੰਸਕ੍ਰਿਤ ਸਕਾਲਰ ਨੇ ਉਹਨਾਂ ਦੇ ਜਿਹੜੇ, ਐਂਡ ਉਹਨਾਂ ਦੇ ਐਗਜ਼ੀਕਿਊਟਿਵ ਡਾਇਰੈਕਟਰ ਨੇ ਕਿਤੇ ਭਾਰਤੀ ਵਿਦਿਆ ਭਵਨ ਸੈਂਟਰ ਜਿਹੜਾ ਕਿ ਆਪਣਾ ਲੰਡਨ ਦੇ ਵਿੱਚ ਹੈ। ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਇੰਡੀਅਨ ਕਲਾਸੀਕਲ ਆਰਟਸ, ਜਿਹੜੇ ਉਹਨਾਂ ਨੇ ਕੰਟਰੀਬਿਊਟ ਕੀਤਾ ਇੰਡੀਅਨ ਕਲਾਸੀਕਲ ਆਰਟਸ ਨੂੰ ਸਪਰੈਡ ਕੀਤਾ ਬ੍ਰਿਟੇਨ ਦੇ ਵਿੱਚ, ਉਸ ਕੰਟੈਕਸਟ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਅਵਾਰਡ ਦਿੱਤਾ। ਜਿਹੜਾ ਇਹ ਅਵਾਰਡ ਹੈ ਕਿਸੇ ਵੀ ਫੋਰਨ ਨੈਸ਼ਨਲਿਸਟ ਨੂੰ ਦਿੱਤਾ ਜਾਂਦਾ ਉਹਨਾਂ ਦੀ ਸਰਵਿਸਿਜ਼ ਦੇ ਲਈ ਪਬਲਿਕ ਲਾਈਫ ਦੇ ਵਿੱਚ। ਮਤਲਬ ਕੋਈ ਵੀ ਫੋਰਨ ਨੈਸ਼ਨਲ ਜਿਹੜਾ ਆਊਟ ਆਫ ਦੀ ਆਪਣੀ ਨੇਸ਼ਨ ਤੋਂ ਜਾ ਕੇ, ਆਪਣੀ ਕੰਟਰੀ ਤੋਂ ਬਾਹਰ ਜਾ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਆਪਣਾ ਕਲਚਰ, ਆਪਣੀ ਹਿਸਟਰੀ ਨੂੰ ਪ੍ਰਮੋਟ ਕਰਦਾ ਹੈ, ਉਹਨੂੰ ਇਹ ਅਵਾਰਡ ਦਿੱਤਾ ਜਾਂਦਾ ਹੈ। ਡਾਕਟਰ ਨੰਦਾ ਕੁਮਾਰ ਓਰਿਜਿਨਲੀ ਹੇਲਸ ਫਰੋਮ ਮਤੂਰ ਵਿਲੇਜ ਇਨ ਕਰਨਾਟਕਾ, ਕਰਨਾਟਕਾ ਤੋਂ ਨੇ। ਐਂਡ UK ਕੀ ਹੈ? ਓਬਵੀਅਸਲੀ ਵੀ ਨੋ ਯੂਨਾਈਟਡ ਕਿੰਗਡਮ ਕੀ ਹੈ, ਇੱਕ ਆਈਲੈਂਡ ਨੇਸ਼ਨ ਲੋਕੇਟਡ ਇਨ ਨਾਰਥ ਵੈਸਟ ਯੂਰਪ। ਐਂਡ ਇਹਦੇ ਵਿੱਚ ਜਿਹਦੇ ਵਿੱਚ ਚਾਰ ਕੰਟਰੀਜ਼ ਮਿਲਦੀਆਂ ਨੇ, UK ਦੇ ਵਿੱਚ ਚਾਰ ਕੰਟਰੀਜ਼ ਬਣਦੀਆਂ ਨੇ, ਇੰਗਲੈਂਡ, ਸਕਾਟਲੈਂਡ, ਵੇਲਸ ਐਂਡ ਨਦਰਨ ਆਇਰਲੈਂਡ। ਸੋ UK ਦੇ ਵਿੱਚ 4 ਕੰਟਰੀਜ਼ ਜਿਹੜੀਆਂ ਮਿਲ ਕੇ UK ਬਣਾਉਂਦੀਆਂ ਨੇ ਉਹ ਕਿਹੜੀਆਂ ਨੇ? ਇੰਗਲੈਂਡ, ਸਕਾਟਲੈਂਡ, ਵੇਲਸ ਐਂਡ ਨਦਰਨ ਆਇਰਲੈਂਡ। ਜਦੋਂ ਇਹ ਤਿੰਨੋਂ ਮਿਲਦੇ ਨੇ, ਚਾਰੋਂ ਮਿਲਦੇ ਨੇ, ਤਾਂ ਕੀ ਬਣਦਾ ਹੈ UK? ਇੱਕ ਕੁਐਸਚਨ ਆ ਜਾਂਦਾ ਹੈ, ਮੈਪਿੰਗ ਦਾ ਕੁਐਸਚਨ ਹੈ, ਬੜਾ ਇੰਪੋਰਟੈਂਟ, ਔਰ ਬਹੁਤ ਸਾਰੇ ਬੱਚੇ ਕਨਫਿਊਜ਼ ਹੁੰਦੇ ਨੇ ਇਸ ਟੋਪਿਕ ਦੇ ਵਿੱਚ, ਇਸ ਪੁਆਇੰਟ ਦੇ ਵਿੱਚ ਕਿ UK ਵਿੱਚ ਕਿਹੜੀਆਂ ਕਿਹੜੀਆਂ ਕੰਟਰੀਜ਼ ਨੇ, ਕਿ ਕਿਹੜੀਆਂ ਕਿਹੜੀਆਂ ਕੰਟਰੀਜ਼ ਮਿਲ ਕੇ UK ਨੂੰ ਬਣਾਉਂਦੀਆਂ ਨੇ। ਠੀਕ ਹੈ ਜੀ, ਸੋ ਹੀ ਇਜ਼ ਦ ਪਰਸਨ ਚਾਰਲਸ ਕਿੰਗ 3 ਜਿਨ੍ਹਾਂ ਨੇ ਇਹ ਪ੍ਰਾਈਜ਼ ਦਿੱਤਾ। ਉਸ ਤੋਂ ਬਾਅਦ ਗੱਲ ਕਰਾਂਗੇ ਮਹੀਰਾਜ ਅਹਿਮਦ ਖਾਨ ਗਿਨਾਵਤ, ਸੇਖੋ ਵਿਨਸ ਗੋਲਡ ਇਨ ISF ਸ਼ੂਟਿੰਗ ਗਨ ਵਰਲਡ ਕੱਪ 2023। ਕਿਹਨਾਂ ਨੇ ਜਿੱਤਿਆ ਜੀ? ਮਹਿਰਾਜ ਅਹਿਮਦ ਖਾਨ ਨੇ ਜਿੱਤਿਆ ਜੀ ਗੋਲਡ, ਕਿੱਥੇ? ISF ਸ਼ੂਟਿੰਗ ਵਰਲਡ ਕੱਪ 2023 ਦੇ ਵਿੱਚ। ਇਹ ਕੌਣ ਨੇ? ਇੱਕ ਇੰਡੀਅਨ ਸ਼ੂਟਰ ਨੇ, ਜਿਹਨਾਂ ਨੂੰ ਇੰਡੀਆ ਦਾ ਫਸਟ ਗੋਲਡ ਮੈਡਲ ਮਿਲਿਆ ਹੈ, ਜਿਹੜੇ ਆਪਣੇ ISF ਵਰਲਡ ਕੱਪ ਸ਼ੂਟ ਗਨ ਹੋ ਰਿਹਾ ਹੈ 2023 ਦੇ ਵਿੱਚ, ਜਿਹੜਾ ਕਿ ਇਜਿਪਟ ਦੇ ਵਿੱਚ ਕਰਾਇਆ ਗਿਆ। ਠੀਕ ਹੈ ਜੀ, ਸੋ ਫਸਟ ਇੰਡੀਅਨ ਬਣੇ ਨੇ, ਸੋ ਓਬਵੀਅਸਲੀ ਤੁਹਾਡੇ ਲਈ ਇੰਪੋਰਟੈਂਟ ਹੋ ਜਾਂਦਾ।
एंड नेशनल लेवल पे है, सो इट्स वेरी इंपॉर्टेंट. अगला जस्टिस टी एस शिवागनम, जस्टिस टी एस शिवागनम अपॉइंटेड एज द चीफ जस्टिस ऑफ कैलकटा हाई कोर्ट. कोलकाता हाई कोर्ट दे जेड़े चीफ जस्टिस ने किनू अपॉइंट किया गया जी, जस्टिस टी एस शिवागनम. सो ऑब्वियसली जेड़े क्वेश्चन बनते हैं कि बनते हैं हेडलाइनस तो ही बनते हैं कि किनू रीसेंटली अपॉइंट किया गया एज अ चीफ जस्टिस ऑफ कोलकाता हाई कोर्ट, टी एस शिवागनम. सो डिपार्टमेंट ऑफ जस्टिस है जेड़ा अपना यूनियन लॉ मिनिस्ट्री के, उन्होंने एक नोटिफिकेशन रिलीज की थी जिसे उन्होंने अनाउंस की थी अपॉइंटमेंट. सुप्रीम कोर्ट का कोलेजियम बैठा जिन्होंने रेकमेंड किया उन्होंने नेम फरवरी दे विच, एंड दैन चीफ जस्टिस जस्टिस प्रकाश सिंह श्रीवास्तव ने जो ये ऑफिस न छड़िया मार्च 13 उस तो बाद इन्हों का नाम दिता गया. टी एस शिवानगम जड़े ने उन्होंने मंडे को अपॉइंट किया गया एज द चीफ जस्टिस ऑफ कोलकाता हाई कोर्ट. ठीक है जी, मूविंग टू द नेक्स्ट. वेरी गुड मॉर्निंग विशाल. सो जेडे हुणे हुणे आ रहे ने एक बार सैशन नू शेयर कर देंगे. हाँ जी, जेडे हुणे हुणे आ रहे ने एक बार सैशन नू शेयर कर दियो, लाइक कर दियो, बाकियां नू भी ले आओ, लेट हो जाते हैं बच्चे काफी, है ना. सो अगे गल करांगे टीटी स्टार एंड थ्री टाइम ओलंपिक मेडलिस्ट कोसामी इशिकावा अनाउंसेस रिटायरमेंट. जापानीज टेबल टेनिस स्टार कोसामी इशिकावा ने अनाउंस कर दी अपनी रिटायरमेंट. इशिकावा कौन ने जिन्होंने 5 नेशनल वुमेन सिंगल चैंपियनशिप जीतिया ने. इशिकावा हु वॉन 5 नेशनल वुमेन सिंगल चैंपियनशिप एक की फिगर रहे ने कि जो जापानीज वुमेन टीम ने सिल्वर मेडल जितया एंड एक कंट्री की फर्स्ट ओलंपिक टेबल टेनिस मेडल सेगा जोड़ा कि लंडन के 2012 होया. टेबल टेनिस कंट्री का सब तो पहला टेबल टेनिस ओलंपिक टेबल टेनिस कि जगह पर होया लंडन 2012 जो इन्होंने जापानीज वूमेन की टीम को हरा के 5 गोल्डन अपना जो गोल्ड मेडल है जितया. शी वेंट ऑन दी वेंट टू हेल्प जपान टू विन द वूमेन्स ब्रॉन्ज मेडल इन रियो 2016 एंड सिल्वर अगेन इन टोक्यो 2020. सो तुहानू कोई इन्नी ज़्यादा जानने की जरूरत नहीं है, बस इन्ना कुछ जान लो कि ये जो टीटी स्टार ने या जो भी इन्हों का नाम है सो ये कौन ने, क्योंकि ओलंपिक मेडलिस्ट ने ना तो वो कारण थोड़े लिए इंपॉर्टेंट हो जाता है कि स्पोर्ट के नाल एसोसीएटड ने, इन्ना को पता होना चाहिए. दैट इज कोसामी इशिकावा कितों ने टेबल टेनिस के नाल एसोसीएटड ने. ठीक है जी, उस बाद गल करांगे मीरा स्टेपनोवा हैज बीन अवॉर्डेड प्रेस्टीजियस लिपलेज Lipzig Book Prize for the European Understanding in 2023. मीरा स्टेपनोवा नू एक पावरफुल जो कंटेम्प्रेरी वॉइस ने किधे रशियन थिएटर दे रशियन लिटरेचर दे किथे रह रहे ने एग्जाइल ते ने, एग्जाइल मीन्स भजे हुए ने अपने देश तो, हुण किथे ने बर्लिन दे विच, एंड उन्होंने अवॉर्ड किया गया कि प्रेस्टीजियस लैपल्स बुक प्राइज फॉर द यूरोपियन अंडरस्टैंडिंग 2023. ये जिहड़ा प्राइज है 1994 तो दिता जा रहा है एंड मनी प्राइस कितना है 20,000 यूरोज. ठीक है जी, सो यू कैन सी इन्हों की बुक भी है, इन्हों प्राइज दिता गया है. शी इज इन एग्जाइल इन बर्लिन, भज गए ने मतलब अपने देश तो बाहर जाके रह रहे ने. उस तो बाद नैशनल एससी एसटी हब स्कीम क्रॉस ओवर 1,00,000 बेनीफिशरीज रजिस्ट्रेशन. जी अपनी नैशनल एससी एसटी स्कीम है उस स्कीम ने 1,00,000 तो ज़्यादा रजिस्ट्रेशन कर लिया ने. हुण प्राइम मिनिस्टर नरेंद्र मोदी ने इसी चीज़ की प्रेज की थी एंड इहदे कारण ही ये जिहड़ी न्यूज़ है ये जिहड़ी स्कीम है वो तुहाडी न्यूज़ विच आ जाती है. सो जिन्हों जानना जरूरी है, अगर असी नैशनल एससी एसटी हब स्कीम के बारे गल करिए, लॉन्च किया गया 2016 दे विच, एक इनिशिएटिव है किहदा यूनियन मिनिस्ट्री यूनियन एमएसएमई मिनिस्ट्री दैट इज मीडियम स्मॉल जेडे अपने मीडियम स्मॉल एंटरप्राइजेस होंगे ने उन्होंने ही इनिशिएटिव है. ठीक है जी, एम की है कि असं एम्पावर करना है प्रमोट करना एंटरप्रनोर्स अमंग एससीज एंड एससी कम्युनिटीज कि जेडे हुण अपनी शेड्यूल कास्ट शेड्यूल ट्राइब कम्युनिटीज ने वो भी किसी तो पिछे ना रहन, उन्होंने भी जी बिजनेस की भावना है एंटरप्रनोरशिप है उन्होंने असी उजागर करना है. ठीक है जी, उस कंटेक्स दे विच ए है इनू इंप्लीमेंट किया गया बाय द नैशनल स्मॉल इंडस्ट्रीज कारपोरेशन. किन्ने इंप्लीमेंट किया, नैशनल स्मॉल इंडस्ट्री कारपोरेशन एक पब्लिक सैक्टर अंडरटेकिंग है किदे अंडर, किदे कंट्रोल दे अंडर है, मिनिस्ट्री ऑफ एमएसएमई दे कंट्रोल दे अंडर है.
ठीक है जी। सो नेशनल एससी एसटी हब सफलता की पहचान। उस तो बाद गल करांगे एनटीपीसी एंड निप्सल इंड पैक फॉर जॉइंट डेवलपमेंट ऑफ न्यूक्लियर पावर प्लांट्स। हुन एनटीपीसी ने साइन किया एक सप्लीमेंट्री जॉइंट वेंचर एग्रीमेंट किनारे नाल न्यूक्लियर पावर कॉरपोरेशन ऑफ इंडिया लिमिटेड दैट इज एनपीसीआईएल दे नाल ताकि वो न्यूक्लियर पावर प्रोजेक्ट्स नू डेवलप कर सकन। जिहड़ी ये कंपनी है द जेवी कंपनी डेवलप करेगी दो प्रेशराइज्ड हैवी वाटर रिएक्टर्स। दो रिएक्टर्स केड़े रिएक्टर्स होंगे हैवी वाटर रिएक्टर्स प्रोजेक्ट्स चुटका मध्य प्रदेश अटोमिक पावर प्रोजेक्ट दे विच एंड माही बंसवरा राजस्थान दे विच। सो तुहानू ये दोनों प्रोजेक्ट्स की लोकेशन पता होनी चाहिए है चुटका मध्य प्रदेश दे विच है एंड माही बंसवरा और राजस्थान दे विच है। ठीक है जी। प्रेजेंटली अगर असीं गल करिए एनटीपीसी ने जिहड़ा टोटल इंस्टॉल्ड पावर जनरेशन कैपेसिटी वो किन्नी है 71.64 गीगा वॉट्स जिदे विचों 3.01 जिहड़ी ने रीन्यूएबल एनर्जी है। तो मतलब ऑब्वियसली फोकस किधर वल वध रहा है कि असीं रीन्यूएबल एनर्जी वल ज़्यादा जाना है एंड जिहड़ा शेयर है थर्मल पावर प्लांट्स का कोल पावर प्लांट्स का उन्हें घटा के रीन्यूएबल एनर्जी वल ज़्यादा मूव किया जाए। उस तो बाद एनटीपीसी की गल करिए तो एनटीपीसी नू फाउंड किया गया 7th of November 1975 हेडक्वार्टर्स कितने ने न्यू दिल्ली इंडिया। नेक्स्ट गल करांगे इंडिया रशिया एक्सप्लोर एक्सेप्टिंग रूपे एंड MIR कार्ड फॉर द ईज पेमेंट। हुण देखो असी गल की सी पहला भी अगर तुसी करंट अफेयर्स के टच में हो तुसी क्लासेस रेगुलर लगा रहे हो तुहानू पता होएगा कि इंडिया बहुत सारी कंट्रीज दे नाल अपने डायरेक्ट रूपी एग्रीमेंट साइन कर रहे हैं कि जिहड़ा उन्हां दा ट्रेड है डायरेक्ट रूपी दे विच होवे बाईपासिंग डॉलर्स। क्यों? क्योंकि जदों तुसी डॉलर दे विच ट्रेड करदे हो तो डॉलर की डिमांड वधदी है मार्केट दे विच सो ऑब्वियसली उहदा इंपैक्ट रूपी ते आंदा है क्योंकि रूपी की वैल्यू डिप्रीशिएट हो जाती है। सो उस चीज़ नूं ध्यान च रखते हुए इंडिया ने बहुत सारी अदर कंट्रीज लाइक सिंगापुर स्विट्जरलैंड इधर दी जिहड़ी कंट्रीज ने मेजर होर कंट्रीज उन्हां दे नाल एक पैक्ट साइन करते हैं जिदे थ्रू की हो जाता है कि उन्हां दा जिहड़ा ट्रेड है वह किदे थ्रू हुंदा उन्हां दे रुपीज़ दे थ्रू हुंदा जिहड़ा उन्हां दी करंसी है उहदे थ्रू हुंदा। उहदे कंटेक्स्ट दे विच अगर तुहानू याद होवे तां असीं वॉस्त्रो ते नॉस्त्रो अकाउंट्स पढ़े सी जिहड़े तुहानू बहुत ही डिटेल दे विच मैं समझाए हुए ने जिन्हां दे थ्रू एक ट्रेड कैरी ऑन किया जाता है। सिमिलरली हुण रशिया कोशिश इंडिया कोशिश कर रहा है रशिया दे नाल मिलके क्यों पॉसिबिलिटी देख सकन चेक कर सकन कि एक दूजे के जिहड़े रुपी कार्ड ने हुण रुपए कि इंडिया का एंड मीर कि रशिया का कि इन्हां दे कार्ड नूं वो एक्सैप्ट कर सकन ताकि हैजल फ्री पेमेंट्स हो सकन दोनों कंट्रीज दे विच एंड ये जिहड़ा डिसीजन है कित्थे लिता गया जिहड़ी इंटर गवर्नमेंटल कमीशन सीगी ऑन ट्रेड इकोनॉमिक एंड साइंटिफिक टेक्नोलॉजिकल एंड कल्चरल कारपोरेशन की मीटिंग दे विच इन्हों डिसाइड किया गया। सो इतों तुहाडे कोल फुल फॉर्म आ गई IGC टेक दी। ठीक है जी। ये मीटिंग किन्ने चेयर की थी एक्सटर्नल मिनिस्टर कौन ने इंडिया दे एस जय शंकर एंड रशिया दे डिप्टी PM डेनिस मंत्रोव। ठीक है जी। उस बाद गल करांगे फर्स्ट टेस्ट लॉन्च ऑफ न्यू लो कॉस्ट स्टार सेंसर सक्सेसफुली कंडक्टेड। सो रिसेंटली जिहड़े रिसर्चर्स ने किथे इंडियन इंस्टीट्यूट ऑफ एस्ट्रोफिजिक्स ने डेवलप किया एक लो कॉस्ट स्टार सेंसर जिहदा नाम की है स्टार बेरी सेंस जिहदा नाम की है स्टार बेरी सेंस जिन्हों यूज किया जाएगा एस्ट्रोनॉमी दे विच स्मॉल स्केल दे विच यूज इन एस्ट्रोनॉमी ऑन अ स्मॉल क्यूबसैट सैटेलाइट्स। स्मॉल क्यूबसैट सैटेलाइट्स दे विच यूज किया जाता है एंड ये जिहड़ा स्टार सेंसर एक इंस्ट्रूमेंट है दैट वॉज यूज बाय अ सैटेलाइट टू हैल्प आइडेंटिफाई इट्स लोकेशन इन स्पेस। सो हुण ये जिहड़ा सेंसर है क्यों लगाया जाता है कि सैटेलाइट की लोकेशन नूं चेक किया जाए कि सैटेलाइट किहड़ी जगह पर अपने एंटायर स्पेस दे विच उहदे वास्ते अपना यह जिहड़ा है स्टार सेंसर डिवेलप किया गया। सेंसर नूं असीं एस्ट्रोनॉमी दे विच भी यूज कर सकते हाँ एक स्मॉल क्यूब सैट सैटेलाइट के उपर जिहड़ा एक मशीन है हैल्प करेगा सैटेलाइट्स नूं कि उहनां दी ओरिएंटेशन स्पेस दे विच किवें है। जिहड़ा क्यूब सैट है एक क्लास ऑफ रिसर्च स्पेस क्राफ्ट है जिहनूं असीं की कहिंदे हां नैनो सैटेलाइट्स। एक छोटी छोटी सैटेलाइट्स हुंदियां ने जिहड़ियां क्यूब सैट्स हुंदे ने यू कैन सी एक ही चीज है एक ही है दिस इज अ क्यूब सैट जिहदे उपर ये स्टार सेंसर लग्या होया जिहदे नाल वो डिटेक्ट किया जा सकता है। एक ही एक नैनो सैटेलाइट है जिहदे उपर इहनू सेंसर नू लगाया जाता है। इंडियन इंस्टीट्यूट ऑफ एस्ट्रोफिजिक्स नू एस्टैबलिश किया गया 1971 दे विच
हेडक्वार्टर कितने ने बैंगलुरु सो इट्स इंपॉर्टेंट। एक ऑटोनोमस रिसर्च इंस्टीट्यूट है जो फुली फाइनेंस किया जाता है किसके द्वारा डिपार्टमेंट ऑफ साइंस एंड टेक, डिपार्टमेंट ऑफ साइंस एंड टेक द्वारा इन फुली तरह मतलब पैसे दिते जाने ने पूरी तरह फाइनेंस किया जाता है। ठीक है जी, सो ए देख लो दिस इज अ स्टार सेंसर जिन्हों सैटेलाइट के ऊपर एक क्यूब सैट के ऊपर लगाया जा रहा है, क्यूब सैट की एक छोटी सैटेलाइट नैनो सैटेलाइट। ठीक है जी, इनॉग्रल एशियन इंडिया मैरिटाइम एक्सरसाइज इन साउथ चाइना सी। सो एशिया इंडियन मैरिटाइम एक्सरसाइज इनॉग्रेट किया गया कितने, साउथ चाइना सी दे विच। मैं उस दिन भी समझाया सी जो असं पढ़िया सी कि साउथ चाइना सी इंडो पैसिफिक रीजन है, बहुत इंपॉर्टेंट रीजन ने। सो जिन्हिया भी कंट्रीज इन्हों सराउंड कर दिया ने, जेड़े भी कंट्रीज इन्हों बॉर्डर शेयर कर दिया ने ते जेड़ी अपनी रेलेवेंस रख दिया ने वो तो पता होना बहुत जरूरी है। ठीक है जी, इंडिया ने पार्टिसिपेट किया कि अपनी जी इनॉगरल एडिशन है कि एशियन इंडिया मैरिटाइम एक्सरसाइज उन्होंने दो फ्रंटलाइन वॉरशिप्स केड़े केड़े ने आई एन एस सतपुरा एंड आई एन एस दिल्ली के नाल मिलके दे पार्टिसिपेट। हार्बर फ्रेज जो एक्सरसाइज का कितने होएगा, चांगी नेवल बेस जो सिंगापुर के है फ्रॉम मे 2-4। वाइल जो सी फेज है वह कितने कंडक्ट कराया जाएगा, साउथ चाइना सी दे फ्रॉम मे 7-8। ठीक है जी, ये जोड़ा इनॉगरल एडिशन है अपनी एक्सरसाइज का, इनू को होस्ट किया जाएगा बाय द रिपब्लिक ऑफ सिंगापुर नेवी एंड इंडियन नेवी। सो दोनों मिलकर इनू को होस्ट करेंगे। आई एन एस दिल्ली की गल करिए तो इंडिया की फर्स्ट इंडीजीनियसली बिल्ड गाइडेड मिसाइल डिस्ट्रॉयर है, वाइल आई एन एस सतपुरा एक इंडीजीनियसली बिल्ड गाइडेड मिसाइल स्ट्रीट स्टेल्थ फ्रिजेट है। सो ऑब्वियसली देखो इंपॉर्टेंस दसी हुई है ना दोनों की। INS दिल्ली की है सब तो पहली इंडीजीनियसली जी इंडिया के बनी सी गाइडड मिसाइल डिस्ट्रॉयर। जो कोई भी मिसाइल में तुम डिस्ट्रॉय करना है गाइडड तरीके डिस्ट्रॉय करने का काम कि है INS दिल्ली का। एंड INS सतपुरा की है जी इंडीजीनियसली बिल्ड स्ट्राइक जी अपनी फ्रेट होंगी है वह है। अगर अभी गल करते हैं एम 2023 की, वो एक ऑपरचुनिटी देता किनू इंडियन नेवी नू ते एशियन नेवीज नू कि इकट्ठे मिलकर काम करन एंड सीमलैस ऑपरेशन कंडक्ट करा कितने मैरिटाइम एरिया दे विच। सो दैट कि अगर इनकेस कभी भी मैरिटाइम वॉर हो जाती है वॉटर्स दे विच लड़ाई छिड़ पैंदी है तो जड़े सारिया कंट्रीज ने इंडिया एंड एशियन कंट्रीज एक दूसरे नाल की होन केपेबल होन अंडरस्टैंडिंग होवे इन्हां दी एक कि असीं किवें वॉर नू फाइट करना है। ठीक है जी, अगे चलांगे नैक्सट। ऑस्ट्रेलिया अनाउंस गवर्नमेंट ग्रांट फॉर प्रोजेक्ट इन कारगिल। फॉर द फर्स्ट टाइम हिस्ट्री ऑफ लद्दाख दे विच ऑस्ट्रेलियन हाई कमिशन इन इंडिया ने अनाउंस किया कि असी गवर्नमेंट ग्रांट दांगे किदे वास्ते, जिहड़ा तुसी प्रोजेक्ट की बनाने जा रहे हो कारगिल दे विच। ऑब्वियसली इंडियन गवर्नमेंट बहुत कुछ कर रही है कारगिल विच जम्मू कश्मीर दे विच, तुहानू इह वी पता है देयर वॉज अ ब्रिज एक होर ब्रिज बनाने की गल की जा रही है इंडियन गवर्नमेंट द्वारा कश्मीर दे विच, जिहदे नाल जिहड़ा तुहाडा टाइम पीरियड है वह घट जाएगा जिहदे नाल कश्मीर नू पूरे इंटायर इंडिया दे नाल कनैक्ट किया जाएगा। एंड जो ब्रिज एक रिवर के उपर बनाया जाएगा जोड़ा कि हाईएसट भी होएगा एंड वॉर के टाइम के उपर भी वो काफ़ी बेनीफिशियल प्रूव होएगा ट्रूप्स को एलोकेट करने। सो उदा का ही एक होर प्रोजेक्ट है जोड़ा बनाया जा रहा है अपनी गवर्नमेंट के द्वारा कारगिल दे विच। एंड ये अनाउंस किया गया एक स्पेशल मीटिंग हुई श्रीनगर के जेडे कि अपने ऑस्ट्रेलियन हाई कमिश्नर जो इंडिया है जिन्हों का नाम की है बेरियो फेरल। बेरियो फेरल जो उन्होंने इंडिया विजिट किया तो इन्होंने गल थी। हुण प्रोजेक्ट का नाम की है रिटर्न टू रूट्स प्रोजेक्ट का नाम है जिहड़ा कि इंटीग्रेट करेगा अपनी नॉलेज नू ट्रेडिशनल नॉलेज नू करंट स्कूल साइंस करिकुलम दे नाल विद अलाइनमेंट इन द गोल्स ऑफ नैशनल एजुकेशन पॉलिसी। सो एजुकेशन सैक्टर दे विच इन्वेस्ट करन दी गल कीती है अपने ऑस्ट्रेलियन काउंटरपार्ट ने एंड पर्पस की है कि असीं अपनी नैशनल एजुकेशन पॉलिसी नू प्रमोट करना। ठीक है जी, हाँ जी इतने तक क्लियर है तो एक बार थम्स अप दे दियो फिर आप अगली न्यूज वाल चलांगे। इफ इट इज क्लियर टिल दिस गिव अ थम्स अप वंस, अगर कोई डाउट है तो पूछ लो। हाँ जी क्विकली फटाफट आंसर दे देंगे, अगर क्लियर है थम्स अप दे दियो ते जे कुछ पूछना है तो पूछ लो। हाँ जी, तो जेडे हुणे हुणे जुड़ रहे ने एक बार आप सैशन शेयर कर देंगे ताकि बाकी भी आ जाए। आई डोंट नो क्यों आप भूल जाते हैं कि डेली अपनी मॉर्निंग 8 बजे क्लास होंगी ही होंगी असी आना ही आना है फिर भी बच्चे भूल जाते हैं, है ना। चलो कोई गल नहीं, तुसी याद करा दो सेशन शेयर करके।
ਤੇ ਦੱਸ ਦਿਓ ਅਗਰ ਕੋਈ ਡਾਊਟ ਨਹੀਂ ਹੈ ਤੇ। ਓਕੇ ਚਲੀਏ ਅੱਗੇ, ਥੰਬਸ ਅਪ ਤਾਂ ਦੇ ਦਿਓ। ਅੱਗੇ ਸਮਾਰਟ ਸਿਟੀਜ਼ ਮਿਸ਼ਨ ਐਕਸਟੈਂਡਡ। ਹੁਣ ਸਮਾਰਟ ਸਿਟੀ ਮਿਸ਼ਨ ਜਿਹੜਾ ਹੈ ਜਿਹਨੂੰ ਸਟਾਰਟ ਕੀਤਾ ਗਿਆ ਸੀ ਕਿ ਨੈਸ਼ਨਲ ਲੈਵਲ ਦੇ ਉੱਪਰ ਕਿ ਅਸੀਂ ਸਿਟੀਜ਼ ਨੂੰ ਸਮਾਰਟਰ ਵੇ ਦੇ ਵਿੱਚ ਬਿਲਡ ਕਰਨਾ ਹੈ। ਕਿਹਨੇ ਸਟਾਰਟ ਕੀਤਾ ਸੀ? ਅਰਬਨ ਹਾਊਸਿੰਗ ਯੂਨੀਅਨ ਹਾਊਸਿੰਗ ਐਂਡ ਅਰਬਨ ਅਫੇਅਰਸ ਮਿਨਿਸਟਰੀ ਨੇ ਲਾਂਚ ਕੀਤਾ ਸੀ ਕਿ ਜਿਹੜੀ ਇਹਦੀ ਡੈਡਲਾਈਨ ਸੀ, ਇੱਕ ਡੈਡਲਾਈਨ ਡਿਸਾਈਡ ਕੀਤੀ ਹੋਈ ਸੀ ਉਹਨਾਂ ਦਾ ਜਿਹੜਾ ਸਮਾਰਟ ਸਿਟੀ ਮਿਸ਼ਨ ਹੈ ਉਹ ਕਿੱਥੇ ਤੱਕ ਕਰ ਦਿੱਤੀ ਹੈ ਸੈੱਟ ਹੋਣ? June 2024 ਤੱਕ। ਪਰਪਸ ਕੀ ਹੈ ਕਿ ਟਾਰਗੇਟ ਕੀ ਹੈ ਕਿ ਜਿੰਨੀਆਂ ਵੀ 100 ਸਮਾਰਟ ਸਿਟੀਜ਼ ਨੇ ਉਹਨਾਂ ਨੂੰ ਜ਼ਿਆਦਾ ਟਾਈਮ ਦਿੱਤਾ ਜਾਏਗਾ ਕਿ ਉਹ ਆਪਣੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਨੂੰ ਫੁਲਫਿਲ ਕਰ ਸਕੇ। ਈਵਨ ਲੁਧਿਆਣਾ ਨੂੰ ਵੀ ਸਮਾਰਟ ਸਿਟੀ ਬਣਾਉਣ ਦੀ ਗੱਲ ਹੋ ਰਹੀ ਹੈ ਨਾ, ਮਤਲਬ ਪ੍ਰੋਸੈਸ ਚੱਲ ਰਿਹਾ, ਪ੍ਰੋਜੈਕਟਸ ਚੱਲ ਰਹੇ ਨੇ। ਸੋ ਉਹਦੇ ਵਾਸਤੇ ਹੀ ਟਾਈਮ ਪੀਰੀਅਡ ਨੂੰ ਐਕਸਟੈਂਡ ਕੀਤਾ ਗਿਆ ਕਿ ਜਿਹੜੀਆਂ ਡਿਫਰੈਂਟ ਡਿਫਰੈਂਟ ਹੋਰ ਸਮਾਰਟ ਸਿਟੀਜ਼ ਨੇ ਜਿਨ੍ਹਾਂ ਦੇ ਪ੍ਰੋਜੈਕਟਸ ਚੱਲ ਰਹੇ ਨੇ ਉਹਨਾਂ ਨੂੰ ਕੰਪਲੀਟ ਕਰਨ ਦੀ ਡੈਡਲਾਈਨ June 2024 ਤੱਕ ਦੇ ਦਿੱਤੀ ਗਈ ਹੈ। ਇਹ ਮਿਸ਼ਨ ਜਿਹੜਾ ਹੈ 2015 ਦੇ ਵਿੱਚ ਸ਼ੁਰੂ ਹੋਇਆ ਸੀ, ਜਿਹਦੇ ਵਿੱਚ 100 ਸਿਟੀਜ਼ ਨੂੰ ਚੂਜ਼ ਕੀਤਾ ਗਿਆ ਸੀ ਇੱਕ ਕੰਪੀਟੀਟਿਵ ਪ੍ਰੋਸੈਸ ਦੇ ਥਰੂ। ਐਂਡ ਓਰੀਜਨਲੀ ਇਹ ਜਿਹੜਾ ਮਿਸ਼ਨ ਹੈ ਉਹ June 2023 ਤੱਕ ਕੰਪਲੀਟ ਹੋ ਜਾਣਾ ਚਾਹੀਦਾ ਸੀ। ਮਤਲਬ ਜਿਹੜੀ ਪਹਿਲਾਂ ਡੈਡਲਾਈਨ ਸੀ ਉਹ June 2023 ਸੀ, ਹੁਣ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ June 2024 ਤੱਕ, ਇੱਕ ਸਾਲ ਦਾ ਹੋਰ ਟਾਈਮ ਦਿੱਤਾ ਗਿਆ। ਹਾਏਵਰ ਵਿਦ ਓਨਲੀ 2 ਮੰਥਸ ਰਿਮੇਨਿੰਗ ਡੈਡਲਾਈਨ ਜਿਹੜੀ ਹੈ 50 out of 100 ਸਿਟੀਜ਼ ਜਿਹੜੇ ਨੇ ਉਹਨਾਂ ਨੇ ਆਪਣੇ 75% ਆਫ ਦੀ ਪ੍ਰੋਜੈਕਟਸ ਨੂੰ ਹੀ ਕੰਪਲੀਟ ਕੀਤਾ ਸੀ ਐਂਡ ਬਾਕੀ ਜਿਹੜੇ ਨੇ ਉਹ ਫਿਨਿਸ਼ ਕਰਨਗੇ ਬਾਈ ਜੂਨ, ਠੀਕ ਹੈ ਜੀ। ਸੋ ਤਾਂ ਹੀ ਟਾਈਮ ਐਕਸਟੈਂਡ ਕੀਤਾ ਨਾ, ਟਾਰਗੇਟਸ ਫੁਲਫਿਲ ਨਹੀਂ ਸੀਗੇ। ਫੰਡ ਅਤੇ ਬਜਟ ਕੀ ਹੈ, ਇਹਦੇ ਵਿੱਚ ਟੋਟਲ 71,000 crores ਦਾ ਬਜਟ ਸੀ ਦਿੱਤਾ ਗਿਆ ਸੀ ਸਿਟੀਜ਼ ਨੂੰ, ਜਿਹਦੇ ਵਿੱਚ 38,000 crores ਜਿਹੜਾ ਹੈ ਸੈਂਟਰ ਨੇ ਦਿੱਤਾ ਅਤੇ ਬਾਕੀ ਜਿਹੜਾ ਹੈ ਸਟੇਟ ਅਤੇ ਅਰਬਨ ਲੋਕਲ ਬੋਡੀਜ਼ ਦੇਣਗੇ। ਐਂਡ 90% ਜਿਹੜੇ ਰਿਲੀਜ਼ ਫੰਡ ਨੇ ਉਹਨਾਂ ਨੂੰ ਯੂਟੀਲਾਈਜ਼ ਕੀਤਾ ਗਿਆ ਐਂਡ ਜਿਹੜਾ 8,000 crore ਹੈ ਉਹਨੂੰ ਬਜਟ ਮਤਲਬ ਬਜਟ ਕੀਤਾ ਗਿਆ ਫੋਰ ਦੀ ਈਅਰ 2022 ਐਂਡ 2023-2024 ਜਿਹੜਾ ਕਿ ਇਹ ਪ੍ਰੋਜੈਕਟਸ ਨੂੰ ਕੰਪਲੀਟ ਕਰਨ ਵਾਸਤੇ ਇਨਫ ਹੈ। ਅੱਛਾ ਇੱਕ ਕੁਐਸਚਨ ਤੁਹਾਡੇ ਲਈ, ਕਿਸੇ ਵੀ ਸਿਟੀ ਨੂੰ ਅਸੀਂ ਸਮਾਰਟ ਸਿਟੀ ਕਦੋਂ ਕਹਿੰਦੇ ਹਾਂ? ਹਾਂਜੀ, ਕਿਸੇ ਵੀ ਸਿਟੀ ਨੂੰ ਸਮਾਰਟ ਸਿਟੀ ਕਦੋਂ ਕਿਹਾ ਜਾਂਦਾ ਹੈ ਅਕੋਰਡਿੰਗ ਟੂ ਯੂ? ਹਾਂਜੀ, ਸਮਾਰਟ ਸਿਟੀ ਨੂੰ ਕਿਉਂ ਸਮਾਰਟ ਕਿਹਾ ਜਾਂਦਾ ਹੈ, ਕਿਉਂ ਸਮਾਰਟ ਹੈ? ਦੇਖੋ ਉਹਨੂੰ ਸੋਹਣੀ ਲੱਗਦੀ ਹੈ ਓਬਵੀਅਸਲੀ। ਕੋਈ ਵੀ ਸਿਟੀ ਸਮਾਰਟ ਕਿਉਂ ਹੈ? ਜਦੋਂ ਡਿਜੀਟਲੀ ਇਨਵੋਲਵ ਹੋਏਗੀ, ਇਨਫਰਾਸਟ੍ਰਕਚਰ ਅੱਛਾ ਹੋਏਗਾ, ਹਰ ਇੱਕ ਫੈਸਿਲਿਟੀ ਸਰਵਿਸਿਜ਼ ਅੱਛੀਆਂ ਦਿੱਤੀਆਂ ਜਾਣਗੀਆਂ, ਅਸੀਂ ਡਿਜੀਟਲ ਔਨਲਾਈਨ ਚੀਜ਼ਾਂ ਦੇ ਨਾਲ ਜੁੜੇ ਹੋਏ ਹਾਂ, ਕਲੈਨਲੀਨੈਸ ਹੋਏਗੀ, ਪਾਪੂਲੇਸ਼ਨ ਕੰਟਰੋਲ ਹੋਏਗੀ, ਐਫੀਸ਼ੀਐਂਟ ਹੋਏਗੀ, ਡਿਵੈਲਪਮੈਂਟ ਹੋਏਗੀ, ਅਰਬਨ ਹੋਏਗੀ, ਰੋਲ ਮਤਲਬ ਇੰਨਾ ਜ਼ਿਆਦਾ ਗੈਪ ਜਿਹੜਾ ਹੈ ਆਪਾਂ ਨੂੰ ਡਿਫਰੈਂਸ਼ੀਏਸ਼ਨ ਨਹੀਂ ਦੇਖਣ ਨੂੰ ਮਿਲੇਗੀ ਅਰਬਨ ਅਤੇ ਰੂਰਲ ਦੇ ਵਿੱਚ। ਕਲੀਅਰ ਹੋਇਆ ਜੀ? ਅੱਗੇ ਗੱਲ ਕਰਾਂਗੇ ਹੁਣ ਸ਼ਾਰਟ ਨਿਊਜ਼ ਦੇ ਵੱਲ। ਸਿੰਟਾਗਿਓ ਪੀਨਾ ਨੇ ਜਿੱਤਿਆ ਪੈਰਾਗੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ, ਆਪਾਂ ਕੱਲ੍ਹ ਡਿਸਕਸ ਕੀਤਾ ਸੀ ਇਹਨੂੰ। ਇੰਡੀਆਜ਼ ਐਕਸਪੋਰਟ ਟੂ ਦੀ UAE ਜਿਹੜੇ ਨੇ ਉਹ ਰੀਚ ਹੋ ਜਾਣਗੇ, ਕਿੱਥੇ ਪਹੁੰਚ ਜਾਣਗੇ? ਡਾਲਰ $50 billion ਬਾਈ 2026-2027। ਹੁਣ ਕਿੰਨੇ ਨੇ ਪ੍ਰੈਜੈਂਟਲੀ? $31.3 billion ਨੇ ਆਟ ਪ੍ਰੈਜੈਂਟ, ਜਿਹੜਾ ਕਿ ਆਪਣਾ ਫਰੀ ਟ੍ਰੇਡ ਐਗਰੀਮੈਂਟ ਵੀ ਹੈਗਾ, ਬਲਕਿ ਇੰਡੀਆ ਦੇ ਵਿੱਚ ਫਰੀ ਟ੍ਰੇਡ ਐਗਰੀਮੈਂਟ ਹੋਣ ਦੇ ਬਾਵਜੂਦ ਵੀ ਟ੍ਰੇਡ ਇੰਨਾ ਹੈ। ਫਰੀ ਟ੍ਰੇਡ ਐਗਰੀਮੈਂਟ ਕੀ ਹੁੰਦਾ ਕਿ ਜਦੋਂ ਤੁਸੀਂ ਇੱਕ ਕੰਟਰੀ ਤੋਂ, ਸਪੋਜ਼ ਇਹਦਾ ਇੱਕ ਐਗਜ਼ਾਮਪਲ ਸਮਝੋ, ਇੱਕ ਏ ਕੰਟਰੀ ਹੈ, ਇੱਕ ਬੀ ਕੰਟਰੀ ਹੈ, ਹੁਣ ਇਹਨਾਂ ਨੇ FTA ਸਾਈਨ ਕਰ ਲਿਆ, ਦੈਟ ਇਜ਼ ਫਰੀ ਟ੍ਰੇਡ ਐਗਰੀਮੈਂਟ। ਹੁਣ ਏ ਨੇ ਬੀ ਦੇ ਵਿੱਚ ਅਗਰ ਕੁਛ ਭੇਜਣਾ ਹੈ ਤਾਂ ਇਹਦੇ ਉੱਪਰ ਡਿਊਟੀ ਨਹੀਂ ਲੱਗੇਗੀ, ਠੀਕ ਹੈ ਜੀ, ਇੰਪੋਰਟ ਡਿਊਟੀ ਨਹੀਂ ਲੱਗਦੀ, ਬੈਰੀਅਰਸ ਦੀ ਤਰ੍ਹਾਂ ਜਿਹੜੀ ਐਕਟ ਕਰਦੀ ਹੈ ਉਹ ਚੀਜ਼ ਨਹੀਂ ਲੱਗੇਗੀ। ਸਿਮਿਲਰਲੀ ਅਗਰ ਬੀ ਨੇ ਇਹਨੂੰ ਕੁਛ ਭੇਜਣਾ ਹੈ ਤਾਂ ਉਸ ਕੇਸ ਦੇ ਵਿੱਚ ਵੀ ਤੁਹਾਡੇ ਇੰਪੋਰਟ ਡਿਊਟੀਜ਼ ਨਹੀਂ ਲੱਗਦੀਆਂ, ਇਹਨੂੰ ਅਸੀਂ ਫਰੀ ਟ੍ਰੇਡ ਐਗਰੀਮੈਂਟ ਕਹਿੰਦੇ ਹਾਂ, ਠੀਕ ਹੈ ਜੀ। ਇੰਡੀਅਨ ਗਵਰਨਮੈਂਟ ਨੇ ਬੈਨ ਕਰਤੀਆਂ 14 apps ਜੰਮੂ ਕਸ਼ਮੀਰ ਦੇ ਵਿੱਚ, ਜਿਹੜਾ ਕਿ ਕੌਣ ਯੂਜ਼ ਕਰਦੇ ਸੀ? ਟੈਰਰ ਗਰੁੱਪਸ। 14 apps ਜਿਹੜੀਆਂ ਟੈਰਰ ਗਰੁੱਪਸ ਦੇ ਦੁਆਰਾ ਯੂਜ਼ ਕੀਤੀਆਂ ਜਾਂਦੀਆਂ ਸੀ ਉਹਨੂੰ ਬੈਨ ਕਰ ਦਿੱਤਾ ਗਿਆ ਹੈ ਜੰਮੂ ਕਸ਼ਮੀਰ ਦੇ ਵਿੱਚ। ਓਡੀਸ਼ਾ ਸਟੇਟ ਗਵਰਨਮੈਂਟ ਨੇ ਸਰਵੇ ਸਟਾਰਟ ਕੀਤਾ ਕਿਹਦਾ? OBCs ਦਾ, ਬਿਹਾਰ ਤੋਂ ਬਾਅਦ। ਮਤਲਬ ਪਹਿਲਾਂ ਕਿੰਨੇ ਕੰਡਕਟ ਕਰਾਇਆ ਸੀ? ਬਿਹਾਰ ਨੇ ਅਦਰ ਬੈਕਵਰਡ ਕਲਾਸਿਸ ਨੂੰ ਚੈੱਕ ਕਰਨ ਵਾਸਤੇ, ਹੁਣ ਕਿੰਨੇ ਸਟਾਰਟ ਕਰ ਦਿੱਤਾ ਹੈ? ਓਡੀਸ਼ਾ ਸਟੇਟ ਗਵਰਨਮੈਂਟ ਨੇ ਵੀ। ਹੁਣ ਕੁਐਸਚਨਸ ਦੇ ਨਾਲ ਡਿਸਕਸ ਕਰਾਂਗੇ, ਬਹੁਤ ਸਾਰੇ ਕੁਐਸਚਨਸ ਨੇ, ਫਟਾਫਟ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਓ, ਬਾਕੀ ਵੀ ਆ ਜਾਣ ਤਾਂ ਕਿ ਕੁਐਸਚਨਸ ਡਿਸਕਸ ਕਰ ਲਈਏ ਆਪਾਂ, ਤੇ ਮਲਟੀਪਲ ਕੁਐਸਚਨਸ ਨੇ ਇਹਨਾਂ ਦਾ ਬੈਨੀਫਿਟ ਲੈ ਸਕਣ। ਜਲਦੀ ਜਲਦੀ ਇੱਕ ਵਾਰੀ ਸ਼ੇਅਰ ਕਰ ਆਵਾਂਗੇ।
फिर आपा क्वेश्चंस दे नाल शुरू करना है। शेयर करके थम्स अप दे दियो जी। बिल्कुल श्रुति, इकोनॉमिक ग्रोथ इज ऑल्सो इंपॉर्टेंट। सो कोई भी स्मार्ट सिटी तभी स्मार्ट बनती है ना जो को इंफ्रास्ट्रक्चर है, उन्होंने इकोनॉमिक ग्रोथ अच्छी है, पॉपुलेशन जी है, ह्यूमन रिसोर्स जोड़ा है उन्होंने अच्छा है। हूँ ऑब्वियसली अगर थोड़ी ह्यूमन रिसोर्स वेल्दी नहीं है, हेल्दी नहीं है, अनइंप्लॉयमेंट है, तो वो जी ह्यूमन रिसोर्स है थोड़ी सिटी थोड़ी कंट्री डेवलप करन हेल्प नहीं करती। सो ये तीन चार चीज़ा होंदिया ने जो इकोनॉमी डेवलप करने से बड़ी ज़्यादा जरूरी ने कि जोड़ा ह्यूमन रिसोर्स है यानी कि जी थोड़ी पॉपुलेशन है वो हेल्दी होनी चाहिए है, स्टेबल होनी चाहिए है। प्लस अगर वह हेल्दी है तो ही थोड़ी इकोनॉमी बूस्ट करेगी, तो ही थोड़ी जी डी पी प्रमोट करेगी। दूसरा कंटेक्सट आता है कि अगर थोड़ा ह्यूमन रिसोर्स यानी कि पॉपुलेशन स्टेबल नहीं है, बीमार लोग ने, तो की होएगा वो थोड़े लिए लाइबिलिटी बन के रह जाएंगे। थोड़ू एज अ गवर्नमेंट पैसे उन्होंने देने पैणगे, क्यों? क्योंकि उन्होंने हेल्थ के उपर पैसा लग रहा है, ठीक है ना। वो जी डी पी कॉन्ट्रीब्यूट नहीं करेंगे, जी डी पी कॉन्ट्रीब्यूट उही परसन करता है जिहड़ा एक एसेट की तरह काम करता है इकोनमी वास्ते, ना कि लाइबिलिटी की तरह। क्लियर हो गया जी ये कॉन्सैप्ट ह्यूमन रिसोर्स का। चलिए क्वेश्चंस दे वाल करिए स्टार्ट। क्वेश्चंस एक बारी थम्स अप दे दो। हाँ जी ओके। सो फर्स्ट क्वेश्चन थोड़े को की है, इंडिया एंड विच कंट्री हैव एग्रीड टू क्रिएट नेट जीरो इनोवेशन वर्चुअल सेंटर। केड़ी कंट्री से इंडिया ने एग्री किया कि असी नेट जीरो इनोवेशन वर्चुअल सेंटर क्रिएट करांगे? फ्रांस, रशिया, यूके, यूएस। हाँ जी क्विकली जल्दी जल्दी आंसर दे दो। फ्रांस, रशिया, यूके, यूएस, ए बी सी और डी। जी दैट्स ग्रेट, अगर समझ आ गया है तो यदा आंसर की आएगा जी, वर्चुअल की गल हुई है, नेट जीरो इनोवेशन वर्चुअल सेंटर मतलब वर्चुअल मोड दे विच क्रिएट होंगे, डिजिटल मोड दे विच, अवतार्स जिवें होंदे ने उवें क्रिएट होंगे। करेक्ट आंसर की है जी यूके। यूके ते इंडिया ने एग्रीमेंट साइन किया है। अगला, विच यूटी हैज ऑर्गेनाइज अ टू डे सिंथन स्नो फेस्टिवल 2023। केड़ी यूटी ने दो दिन का सिंथन स्नो डे फेस्टिवल सिंथन स्नो फेस्टिवल ऑर्गेनाइज कराया? दिल्ली, चंडीगढ़, जम्मू कश्मीर, लद्दाख। हाँ जी सो यदा आंसर तो बहुत ईजीली एलिमिनेट कर सकते हो तुम। स्नो फेस्टिवल बारे असी ऑलरेडी पढ़िया हुआ है जी, अगर आप रेगुलर तुम क्लासेस लगाने हो तो। हाँ जी टू डे सिंथन स्नो फेस्टिवल 2023 नू केड़ी यूटी ने होस्ट करया? फ्रांस नहीं है जी सनी, पिछले का आंसर इट इज यूके, ठीक है जी। सो करेक्ट आंसर की आएगा जम्मू कश्मीर। सो याद रख लो चंडीगढ़ दिल्ली तो पॉसिबल ही नहीं है, चंडीगढ़ दिल्ली तो स्नो होंगी ही नहीं है, चंडीगढ़ से दिल्ली तो स्नो ही नहीं होंगी। सो ये दोनों तो ऑप्शन ईजीली एलिमिनेट हो गए, यू जस्ट लेफ्ट विद जम्मू कश्मीर एंड लद्दाख। सो ज्यादा बर्फ कितने होंगी है? जम्मू कश्मीर के विच होंगी है। सो स्नो फेस्टिवल भी कितने होएगा? जम्मू कश्मीर के विच। अगला, विच स्टेट गवर्नमेंट हैज इनॉग्रेटेड अ थ्री डे हेरिटेज फेस्टिवल विच शोकेस आर्ट फॉर्म डांसर्स एंड कजीन्स ऑफ द कोस्टल स्टेट्स। केड़ी स्टेट गवर्नमेंट ने इनॉग्रेट किया थ्री डे हेरिटेज फेस्टिवल जिदे विच अपने डिफरेंट डिफरेंट आर्ट फॉर्म्स डांसर्स कजीन्स होंगे खाने फूड दिखाएंगे डिफरेंट डिफरेंट कोस्टल अपने कोस्टल स्टेट्स दे, महाराष्ट्र, तमिलनाडु, गोवा, हिमाचल प्रदेश। हाँ जी जल्दी आंसर दे दो फटाफट क्विकली एवरीवन, ते जेड़े हुणे हुणे आ रहे ने एक बारी सेशन नू शेयर कर दियो ताकि बाकी बच्चे भी क्वेश्चन नू रिवाइज कर सकन, प्रैक्टिस कर सकन। बहुत सारे क्वेश्चन ने अपने कोल आज, ते पूरा पूरा बेनिफिट जरूर लो सेशन दा, अदरवाइज सेशन लगाने का कोई बेनिफिट नहीं हुंदा। करेक्ट आंसर की है जी गोवा। सो देखो भाई सी आंसर बिल्कुल सी, जो उसने सही आंसर दिता। देखो जी कॉमन सेंस थोड़ी जी लगाओ, किवें चेक करना है? तुसी तीन दिन का हैरिटेज फेस्टिवल होया जिदे जो अपने आर्ट फॉर्म डांस ते कजीन्स ऑफ कोस्टल स्टेट्स दिखाएंगे। हुण इन्हां विचों कोस्टल स्टेट केड़ा है? महाराष्ट्र इज नॉट अ कोस्टल स्टेट, मतलब मुंबई पै जांदा पोर्शन बट महाराष्ट्र स्पेसिफिकली डजंट, मतलब कह सकते हैं बट पूरी तरह नहीं। तमिलनाडु भी कोस्टल आ जाता बट हिमाचल तो कोस्टल नहीं है ना।
सो हिमाचल तो इदा ही गया, थोड़े को बच गया महाराष्ट्र तमिलनाडु एंड गोवा। सो ऑब्वियसली जो खाना है कजीन है केड़े कोस्टल स्टेट का बड़ा फेमस है गोवा का, इदा याद रखा ठीक है जी। Which state's housing board has received the national award for real estate for registering the highest number of home projects with the real estate regulatory authority? RERA de naal kehde state housing board nu ek national award milya hai ki unhone sab to zyada number of the home projects nu register karaya hai? Options are Uttar Pradesh, Gujarat, Rajasthan te Maharashtra. A, B, C or D? Kehde housing board ਕਿਹੜੇ ਸਟੇਟ ਦੇ ਹਾਊਸਿੰਗ ਬੋਰਡ ਨੂੰ ਰੇਰਾ ਦੇ ਅਵਾਰਡ ਮਿਲਿਆ ਹੈ, ਰੀਅਲ ਸਟੇਟ ਦਾ ਅਵਾਰਡ ਮਿਲਿਆ ਹੈ ਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਹੋਮ ਪ੍ਰੋਜੈਕਟਸ। ਹੁਣ ਦੇਖੋ ਹੋਮ ਪ੍ਰੋਜੈਕਟਸ ਕਿਉਂ ਆਪਾਂ ਰਜਿਸਟਰ ਕਰਾਉਂਦੇ ਹਾਂ, ਜਦੋਂ ਰਜਿਸਟਰੀਜ਼ ਕਰਾਈਆਂ ਜਾਂਦੀਆਂ ਨੇ ਉਹ ਆਪਣਾ ਹੋਮ ਪ੍ਰੋਜੈਕਟਸ ਰੇਰਾ ਦੇ ਅੰਡਰ ਹੀ ਰਜਿਸਟਰ ਹੁੰਦਾ ਠੀਕ ਹੈ ਜੀ। ਕਰੈਕਟ ਆਨਸਰ ਕੀ ਆਏਗਾ ਜੀ, ਅਦਿਤੀ ਨੇ ਦਿੱਤਾ ਬੀ, ਪ੍ਰਵੀਨ ਝਾ ਆਲਸੋ ਵਾਂਟਸ ਟੂ ਗੋ ਵਿਦ ਬੀ। ਬਾਕੀ ਬਈ ਨਹੀਂ ਵੀ ਕੁਐਸਚਨ ਆਉਂਦਾ ਨਾ ਤਾਂ ਵੀ ਆਨਸਰ ਦੇ ਦਿਆ ਕਰੋ, ਜਿਹੜੇ ਦੂਸਰੇ ਦੇ ਰਹੇ ਨੇ ਉਹਨਾਂ ਦਾ ਆਨਸਰ ਦੇਖੋ ਦੇ ਦਿਓ, ਪਰ ਜੇ ਤੁਸੀਂ ਬਿਲਕੁਲ ਵੀ ਆਨਸਰ ਨਹੀਂ ਦਿਓਗੇ ਪਾਰਟੀਸਪੇਟ ਨਹੀਂ ਕਰੋਗੇ ਕੋਈ ਫਾਇਦਾ ਨਹੀਂ ਕਲਾਸ ਲਾਉਣ ਦਾ, ਜਿੰਨੀ ਦੇਰ ਤੱਕ ਆਪਾਂ ਪਾਰਟੀਸਪੇਟ ਨਹੀਂ ਕਰਦੇ। ਸੋ ਜੇ ਪੂਰਾ ਪੂਰਾ ਸੈਸ਼ਨਸ ਦਾ ਬੈਨੀਫਿਟ ਲੈਣਾ ਹੁੰਦਾ ਨਾ ਤਾਂ ਸੈਸ਼ਨਸ ਨੂੰ ਪੂਰਾ ਅਟੈਂਡ ਕਰਨ ਦੇ ਨਾਲ ਨਾਲ ਰਿਸਪੋਂਸ ਵੀ ਕਰਿਆ ਕਰੋ ਠੀਕ ਹੈ ਜੀ। ਸੋ ਇਹਦਾ ਆਨਸਰ ਕੀ ਹੈ ਜੀ, ਰਾਜਸਥਾਨ। ਸੋ ਰਾਜਸਥਾਨ ਨੇ ਸਭ ਤੋਂ ਜ਼ਿਆਦਾ ਹੋਮ ਪ੍ਰੋਜੈਕਟਸ ਨੂੰ ਰਜਿਸਟਰ ਕਰਾਇਆ ਵਿਦ ਰੇਰਾ। ਸੋ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ ਰੇਰਾ ਕੀ ਹੈ, ਰੀਅਲ ਇਸਟੇਟ, ਤੋ ਸਿਮੀਲਰਲੀ ਆਰ ਫੋਰ ਰੇਰਾ ਆਰ ਫੋਰ ਰਾਜਸਥਾਨ। ਦਿਸ ਇਜ਼ ਦ ਵੇ ਯੂ ਕੈਨ ਲਰਨ ਦ ਥਿੰਗਸ। ਅਗਲਾ, ਵਿਚ ਆਫ ਦੀ ਫੋਲੋਇੰਗ ਕੰਟਰੀ ਹੈਜ਼ ਬਿਕਮ ਦੀ ਲਾਰਜੈਸਟ ਰਿਸਿਪੀਐਂਟ ਆਫ ਏ ਡੀ ਬੀ ਲੋਨਸ ਇਨ ਏਸ਼ੀਆ? ਏ ਡੀ ਬੀ ਲੋਨਸ ਰਿਸੀਵ ਕਰਨ ਵਾਲੀ ਸਭ ਤੋਂ ਜ਼ਿਆਦਾ ਸਭ ਤੋਂ ਵੱਡੀ ਕੰਟਰੀ ਕਿਹੜੀ ਬਣੀ ਹੈ? ਇੰਡੀਆ, ਨੇਪਾਲ, ਭੂਟਾਨ, ਪਾਕਿਸਤਾਨ। ਹਾਂਜੀ, ਏ ਡੀ ਬੀ ਕੀ ਹੈ, ਏਸ਼ੀਅਨ ਡਿਵੈਲਪਮੈਂਟ ਬੈਂਕ। ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਲੋਨ ਲੈਣ ਵਾਲੀ ਸਭ ਤੋਂ ਜ਼ਿਆਦਾ ਲੋਨ ਕਿਹੜੀ ਕੰਟਰੀ ਨੇ ਲਿੱਤੇ ਨੇ? ਇਹ ਨਾ ਫੁੱਲ ਫਾਰਮ ਪੇਪਰ 'ਚ ਆਈ ਸੀ ਏਸ਼ੀਅਨ ਡਿਵੈਲਪਮੈਂਟ ਬੈਂਕ ਦੀ। ਸੋ ਯਾਦ ਰੱਖ ਲਓ ਕਿ ਆਪਾਂ ਗਲਤ ਨਹੀਂ ਕਰਨੀ। ਏ ਡੀ ਬੀ ਕੀ ਹੈ ਜੀ, ਏਸ਼ੀਅਨ ਡਿਵੈਲਪਮੈਂਟ ਬੈਂਕ। ਏਸ਼ੀਅਨ ਡਿਵੈਲਪਮੈਂਟ ਬੈਂਕ ਸਭ ਤੋਂ ਜ਼ਿਆਦਾ ਲੋਨਸ ਕਿਹੜੇ ਕੰਟਰੀ ਨੇ ਲਿੱਤੇ ਨੇ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ? ਕਰੈਕਟ ਆਨਸਰ ਹੈ ਪਾਕਿਸਤਾਨ। ਸੋ ਹੁਣ ਕਿਹੜੀ ਕੰਟਰੀ ਕ੍ਰਾਈਸਿਸ ਦੇ ਵਿੱਚ ਚੱਲ ਰਹੀ ਹੈ? ਪਾਕਿਸਤਾਨ ਹੀ ਚੱਲ ਰਹੀ ਹੈ, ਪਾਕਿਸਤਾਨ ਕੋਲ ਕੁਛ ਨਹੀਂ ਹੈ ਨਾ ਖਾਣ ਨੂੰ, ਤਾਂ ਓਬਵੀਅਸਲੀ ਸਭ ਤੋਂ ਜ਼ਿਆਦਾ ਲੋਨਸ ਵੀ ਕਿੰਨੇ ਲਿੱਤੇ ਨੇ? ਪਾਕਿਸਤਾਨ ਨੇ ਹੀ ਲਿੱਤੇ ਨੇ। ਅਗਲਾ ਕੁਐਸਚਨ, ਹੂ ਹੈਜ਼ ਵੌਨ ਦੀ ਫਾਰਮੂਲਾ 1 ਅਜ਼ਰਬਾਈਜਾਨ ਗ੍ਰੈਂਡ ਪ੍ਰਿਕਸ 2023? ਅਜ਼ਰਬਾਈਜਾਨ ਫਾਰਮੂਲਾ 1 ਅਜ਼ਰਬਾਈਜਾਨ ਗ੍ਰੈਂਡ ਪ੍ਰਿਕਸ 2023 ਕਿੰਨੇ ਜਿੱਤਿਆ? ਸੈਬੈਸਟੀਅਨ ਵੈਟਨ, ਲੂਇਸ ਹੈਮਿਲਟਨ, ਮਾਰਕਸ ਵਰਡਸਪੈਨ ਜਾਂ ਸਰਗਿਓ ਪ੍ਰੇਸ? ਏ, ਬੀ, ਸੀ ਔਰ ਡੀ? ਕੀ ਆਏਗਾ ਜੀ ਕਰੈਕਟ ਆਨਸਰ? ਕੁਇਕਲੀ ਆਨਸਰ ਦੇ ਦਿਓ ਫਟਾਫਟ ਐਵਰੀਵਨ। ਆਲਰੇਡੀ ਡਿਸਕਸ ਹੈ, ਪੜ੍ਹਿਆ ਹੋਇਆ, ਤੁਹਾਨੂੰ ਪਤਾ ਹੈ ਅਸੀਂ ਜਦੋਂ ਇੱਕ ਦਿਨ ਕਲਾਸ ਲਗਾਉਂਦੇ ਹਾਂ ਉਸ ਤੋਂ ਪਿੱਛੇ 2 ਦਿਨ ਦੇ ਕਰੰਟ ਅਫੇਅਰਸ, 3 ਦਿਨ ਦੇ ਪ੍ਰੈਜੈਂਟ ਦੇ ਦੇ ਅਤੇ ਪਿੱਛੇ 2 ਦਿਨ ਦੇ ਕਰੰਟ ਅਫੇਅਰਸ ਰਿਵਾਈਜ਼ ਹੁੰਦੇ ਨੇ। ਜੇ ਰੈਗੂਲਰ ਕਲਾਸਿਸ ਲਗਾਓਗੇ ਤਾਂ ਆਪੇ ਚੀਜ਼ਾਂ ਯਾਦ ਹੋਣਗੀਆਂ, ਮਲਟੀਪਲ ਰਿਵੀਜ਼ਨਸ ਹੋ ਜਾਂਦੀਆਂ ਨੇ ਤੁਹਾਡੀਆਂ ਕਰੰਟ ਅਫੇਅਰ ਦੀਆਂ ਕਲਾਸ ਦੇ ਵਿੱਚ, ਤਾਂ ਹੀ ਕਿਹਾ ਜਾਂਦਾ ਰੈਗੂਲਰ ਕਲਾਸਿਸ ਲਾ ਲਿਆ ਕਰੋ, ਕਿਉਂਕਿ ਰਿਵਾਈਜ਼ ਨਹੀਂ ਕਰੋਗੇ ਤਾਂ ਕਰੰਟ ਭੁੱਲ ਜਾਓਗੇ। ਕਰੈਕਟ ਆਨਸਰ ਕੀ ਹੈ ਜੀ, ਸਰਗਿਓ ਪ੍ਰੇਸ। ਆਯੁਸ਼ਮਾਨ ਭਾਰਤ ਦਿਵਸ ਇਜ਼ ਸੈਲੀਬ੍ਰੇਟਡ ਐਵਰੀ ਈਅਰ ਔਨ? ਆਯੁਸ਼ਮਾਨ ਭਾਰਤ ਦਿਵਸ ਕਦੋਂ ਮਨਾਇਆ ਜਾਂਦਾ? ਹਰ ਸਾਲ ਕਿਹੜੇ ਦਿਨ ਨੂੰ? 30th April, 29th April, 28th April ਜਾਂ 27th April? ਏ, ਬੀ, ਸੀ ਔਰ ਡੀ? ਆਯੁਸ਼ਮਾਨ ਭਾਰਤ ਦਿਵਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਹਰ ਸਾਲ ਕਿਹੜੇ ਦਿਨ ਨੂੰ? April 30, April 29, April 28 ਜਾਂ April 27? ਕੀ ਆਏਗਾ ਜੀ ਕਰੈਕਟ ਆਨਸਰ? ਠੀਕ ਹੈ, ਕਿਆ ਆਏਗਾ ਆਨਸਰ? ਏ, ਬੀ, ਸੀ ਔਰ ਡੀ? ਕਰੈਕਟ ਆਨਸਰ ਇਜ਼ April 30। ਠੀਕ ਹੈ ਜੀ, April 30। ਡੈਸ਼ ਟੈਲ ਦੀ ਪ੍ਰੋਗਰਾਮਰ ਵਟ ਟਾਈਪਸ ਆਫ ਏਰਰ ਇਟਸ ਫਾਈਨਸ ਐਂਡ ਓਫਨ ਮਾਰਕਸ ਦੀ ਐਗਜੈਕਟ ਲਾਈਨਸ ਆਫ ਦੀ ਕੋਡ ਵੇਅਰ ਦੀ ਬਗਸ ਆਰ ਫਾਊਂਡ? ਸੋ ਓਬਵੀਅਸਲੀ ਪ੍ਰੋਗਰਾਮਰ ਨੂੰ ਕਿਹੜੀ ਚੀਜ਼ ਦੱਸਦੀ ਹੈ ਕਿ ਇੱਥੇ ਜਿਹੜਾ ਤੁਹਾਨੂੰ ਏਰਰ ਮਿਲੇਗਾ ਇਸ ਲਾਈਨ ਕੋਡ ਦੀ ਲਾਈਨ ਦੇ ਵਿੱਚ?
ऑप्शंस आर डिबगर, बग फाइंडर एंड एग्जीक्यूटर, ए बी सी और डी। ए बी सी और डी, डिबगर, बग फाइंडर और एग्जीक्यूटर। हाँ जी जल्दी आंसर दे दो, की आंसर आएगा जी। ए बी सी और डी, करेक्ट आंसर इज डिबगर। ठीक है जी, डिबगर तुहानू दसदा है कित्थे बग है, केड़ी लाइन दे विच तुहाडा एरर है। ओके बिल्कुल, वेरी गुड फोटोग्राफी। अगला, एन एस एस आई डी इज यूज टू ऑथेंटिकेट द कनेक्शन टू विच द फॉलोइंग। ऑब्वियसली जो असि एस एस आई डी यूज करते हाँ तो ऑथेंटिकेशन केड़े कनेक्शन ऑथेंटिकेट करने यूज किया जाता है, विंडोज ऑपरेटिंग सिस्टम, फेसबुक, वायरलैस कनैक्शन या ईमेल सर्विसिज। ए बी सी और डी। हाँ जी एस एस आई डी यूज किया जाता है कि तुम कनैक्शन जोड़े ने एक नैटवर्क ऑथेंटिकेट कर पाओ, चेक कर पाओ। हाँ जी विंडोज ऑपरेटिंग सिस्टम, फेसबुक, वायरलैस कनैक्शन या ईमेल सर्विसिज। करेक्ट आंसर की आएगा जी वायरलैस कनैक्शन। अगला, OLED is a type of a flat screen display similar to an LCD. OLED जेड़ा एक type of flat screen display हुंदा है, जेड़ा LED दे similar हुंदा है। तो O दा मतलब की है इहदे विच? Options are object, online opacity या organic. जल्दी जल्दी आंसर दे दो, जिन्हों फुल फॉर्म पता होएगी OLED दी, उन्हों एक आइडिया होएगा कि O stand किदे लिए करदा है। फुल फॉर्म भी दस देना OLED दी। सो ये आईसीटी दे क्वेश्चंस ने, देखो भाई कुछ क्वेश्चंस असी हमेशा ट्राई करते होंगे कि स्टैटिक दे पोर्शन दे भी तुहानू विच करा दिते जाण। सो इहदे कारण कंप्यूटर दे कुछ सर्टन क्वेश्चंस जिहड़े इंपोर्टेंट हुंदे ने वो इदां दे टाइप ऑफ क्वेश्चन सैशन च तुहानू मिलदे ने, ताकि तुहाडी रिवीजन भी हो जाए, प्लस जे अगर तुसी कुछ मिस कर रहे हो तो तुहाडा क्लियर रहे। दैट इज ऑर्गेनिक। ठीक है जी ऑर्गेनिक। अगला, अ डिजिटली रिकॉर्डेड डेट एंड टाइम इज ऑल्सो टर्म्ड एज। जिहड़ा डिजिटली रिकॉर्ड किया जाता है डेट ते टाइम उन्हों की कहा जाता है, टाइम स्नैप, स्नैप रिकॉर्ड, टाइम स्टैम्प या टाइम मशीन। ए बी सी और डी। डिजिटली रिकॉर्डेड डेट एंड टाइम इज टर्म्ड एज टाइम स्नैप, स्नैप रिकॉर्ड, टाइम स्टैम्प या टाइम मशीन। फटाफट आंसर दे दो, की आएगा जी करेक्ट आंसर? ए बी सी और डी। करेक्ट आंसर दे देंगे फटाफट जी, सी करेक्ट आंसर इज टाइम स्टैम्प। अगला, हु वॉन्ट 2023 पैरागेस प्रेजिडेंशियल इलेक्शंस। पैरागे 2023 दिया प्रेजिडेंशियल इलेक्शंस किन्ने जीतिया ने? एफरिन एलगरी, सैंटियागो पिना, हरेको कार्ट्रस या मैरियो एब्डो बेनिटेज। जल्दी आंसर दे दो, बेनिटेज। ए बी सी और डी ऑलरेडी डिस्कस है, आंसर की है जी सैंटियागो पिना बी। अगला, हु हैज बीन सिलेक्टेड एज द न्यू चेयरपर्सन ऑफ एटॉमिक एनर्जी कमीशन एंड सेक्रेटरी ऑफ डिपार्टमेंट ऑफ एटॉमिक एनर्जी। किनू चूज किया गया नवा चेयरमैन? कल पढ़िया सी अजित कुमार मनहोती, रतन टाटा, जनरल मनोज पांडे या एस चंद्रशेखर। जल्दी आंसर दे दो। गुड मॉर्निंग जी, आने वाला पटवारी। ओ ग्रेट, देखो जी की डेडिकेशन है ना इन्हों की, कि नाम भी इन्होंने इदा ही रखे। सो वधिया गल है, अपनी जी सोच है उदा ही रखनी चाहिए है कि असी जरूर एक दिन पटवारी बनांगे या किसी ना किसी पोस्ट और ऑफिसर पोस्ट से जावांगे। बिल्कुल सही, बहुत वधिया गल। करेक्ट आंसर की है जी ए के मनहोती, अजीत कुमार मनहोती नू चूज किया गया है एटोमिक एनर्जी कमीशन, डिपार्टमेंट ऑफ एटॉमिक एनर्जी दे सेक्रेटरी। अगला क्वेश्चन, व्हेन इज द वर्ल्ड प्रेस फ्रीडम डे ऑब्जर्व। कदों मनाया जाता है वर्ल्ड प्रेस फ्रीडम डे? May 23, May 4, May 3 या May 1। अच्छा मैं कल एक क्वेश्चन पूछा सी उदा आंसर किसी ने भी नहीं दिता, और मैं ये गल कही सी कॉमेंट्स दे विच आंसर टाइप होना चाहिए, किसी ने नहीं आंसर दिता, पर आंसर सुन लो क्योंकि इंपॉर्टेंट है। वर्ल्ड प्रेस फ्रीडम इंडेक्स, वर्ल्ड प्रेस फ्रीडम इंडेक्स वर्ल्ड प्रेस फ्रीडम इंडेक्स कौन रिलीज करता है जी? रिपोर्टर्स बॉर्डर्स एक ऑर्गेनाइजेशन है, एक ग्रुप है, वो रिलीज करते हैं आ वाला इंडेक्स। सो याद रख लो,
क्योंकि कल असी डे बारे पढ़िया सी, दैट इज मे 3 नू सेलिब्रेट कीता जांदा है वर्ल्ड प्रेस फ्रीडम डे। वर्ल्ड प्रेस फ्रीडम डे सेलिब्रेट कीता जांदा है 3rd ऑफ मे नू, एंड वर्ल्ड प्रेस फ्रीडम इंडेक्स रिलीज कीता जांदा है रिपोर्टर्स विदाउट ऑर्गेनाइजेशन, रिपोर्टर्स विदाउट बॉर्डर एक ऑर्गेनाइजेशन है जिदे द्वारा। ठीक है जी, अगे चलांगे नेक्स्ट। ओके, उदे बाद चलांगे क्वेश्चन वन। व्हाट इज द नेम गिवन टू द साइक्लोन दैट इंडियन मेट्रोलॉजिकल डिपार्टमेंट प्रेडिक्ट्स टू हिट इंडियन ईस्टर्न कोस्ट? केड़ा साइक्लोन है जिहड़ा आईएमडी ने प्रेडिक्ट कीता है कि इंडियन इंडिया दी ईस्ट कोस्ट नू हिट करेगा? साइक्लोन मडोंग, साइक्लोन बिपरजॉय, साइक्लोन गैब्रियल या साइक्लोन मोजा? जल्दी आंसर दे दो। की आएगा जी करेक्ट आंसर? क्विकली एवरीवन शुड आंसर, बड़ा इंपॉर्टेंट क्वेश्चन है। ते साइक्लोन्स दी नेमिंग दा एक कॉन्सेप्ट तुसी ज्योग्राफी च पढ़िया होएगा कि साइक्लोन्स नू नेम किवें कीता जांदा है। सर्टन कंट्रीज ने जिन्होंने हर अपने एक सजेस्टेड नेम्स उत्ते हुए ने, एंड हर एक कंट्री दा नेम जिहड़ा है वन आफ्टर दी अदर चूज कीता जांदा है कि जिहड़े साइक्लोन्स ओरिजिनेट हुंदे ने उन्हां नू नेम करन वास्ते। इंपॉर्टेंट क्वेश्चन है सो ध्यान रख लांगे। करेक्ट आंसर की है जी? साइक्लोन मडोंग। अगला क्वेश्चन, विच कंट्रीज रैंक नंबर वन इन आईसीसी मेंस टेस्ट टी20 टीम रैंकिंग 2023? केड़ी कंट्री ने रैंक कीता है नंबर वन आईसीसी दे मेंस टेस्ट टी20 टीम रैंकिंग दे विच? ऑप्शंस आर ऑस्ट्रेलिया, इंडिया, साउथ अफ्रीका, इंग्लैंड। ऑस्ट्रेलिया, इंडिया, साउथ अफ्रीका, इंग्लैंड, ए बी सी और डी? की आएगा जी करेक्ट आंसर? फटाफट आंसर दे दो। करेक्ट आंसर इज इंडिया। सो इंडिया ने रैंक कीता है नंबर वन इन आईसीसीज मेंस टेस्ट टी20 रैंकिंग 2023 दे विच। अगला क्वेश्चन, व्हाट इज द नेम ऑफ रिसेंटली क्रिएटेड डिजिटल डिस्ट्रीब्यूशन प्लेटफॉर्म बाय एचडीएफसी बैंक ऑफ इंडिया? एचडीएफसी बैंक ने हुने रिसेंटली एक डिजिटल डिस्ट्रीब्यूशन प्लेटफॉर्म क्रिएट कीता है, उसका नाम की है? एचडीएफसी मोबाइल बैंकिंग ऐप, HDFC's banking solution, HDFC's bank smart sarthi, ya HDFC's digital bank? Easy question, can be eliminated options nu bade easily tusi eliminate kar sakde ho, jaldi jaldi karo guess, ki aayega answer? Correct answer hai ji HDFC bank smart sarthi, HDFC bank smart sarthi. So enu kive yaad rakhna hai, digital distribution di gal ho rahi hai, ਜਦੋਂ ਤੁਸੀਂ ਡਿਜੀਟਲ ਚੀਜ਼ਾਂ ਨੂੰ ਅਡੋਪਟ ਕਰਦੇ ਹੋ ਤਾਂ ਤੁਸੀਂ ਕੀ ਬਣ ਜਾਂਦੇ ਹੋ? ਇੱਕ ਸਮਾਰਟ ਸਿਟੀਜ਼ਨ ਬਣ ਜਾਂਦੇ ਹੋ, ਹੈਨਾ? ਯੂ ਬਿਕੇਮ ਅ ਸਮਾਰਟ ਸਿਟੀਜ਼ਨ। ਸੋ ਐਵੇਂ ਯਾਦ ਰੱਖ ਸਕਦੇ ਹੋ HDFC ਬੈਂਕ ਸਮਾਰਟ ਸਾਥੀ। ਅਗਲਾ ਕੁਐਸਚਨ ਦੇਖਾਂਗੇ, ਵਿਚ ਆਰਟੀਫਿਸ਼ਲ ਇੰਟੈਲੀਜੈਂਸ ਕੰਪਨੀ ਲਾਂਚ ਪਾਏ ਚੈਟ ਬੋਟ? ਕਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਕੰਪਨੀ ਹੈ ਜਿਹਨੇ ਪਾਏ ਚੈਟ ਬੋਟ ਨੂੰ ਰਿਲੀਜ਼ ਕੀਤਾ? ਡੀਪ ਮਾਈਂਡ ਟੈਕਨੋਲੋਜੀ, ਇਨਫਲੈਕਸ਼ਨ, AI ਇੰਕ ਜਾਂ ਓਪਨ AI ਜਾਂ ਟੈਸਲਾ? ए बी सी और डी? सो जल्दी जल्दी आंसर दे देंगे। तो जेडे लेट आ रहे हैं ट्राई कि हूँ आप पार्टिसिपेट करिए, जिन्हें क्वेश्चन सानू आते हैं वह आंसर देिए, तो जेड़ा सेशन साड़ा मिस हो गया है उन्होंने असी अटेंड कर लिए बाद रिकॉर्डेड। ठीक है जी, करेक्ट आंसर की आएगा जी? इनफ्लेक्शन AI एक इंटेलीजेंस आर्टिफिशियल इंटेलीजेंस कंपनी है जिन्होंने पाए चैट बोट नो रिलीज किया है। अगला, मनोबोला पास्ड अवे एट 69 ड्यू टू द इलनेस, ही वॉज एसोसिएटेड विद विच इंडस्ट्री? सो अपा इदा दे जो न्यूज़ पढ़ते हाँ कि एक पर्टिकुलर किसी राइटर की डैथ हो रही है, किसी पॉलिटिशियन की डैथ हो रही है, सो मैं तुहानू क्वेश्चन दस्या सी किवें क्वेश्चन फ्रेम होंगे ने, सो उवें ही एक क्वेश्चन फ्रेम होया है कि कहड़ी इंडस्ट्री के नाल एसोसीएटड सी? म्यूजिक इंडस्ट्री, कन्नड फिल्म इंडस्ट्री, तमिल फिल्म इंडस्ट्री या म्यूजिक इंडस्ट्री? ए बी सी और डी? मनोबोला पास्ड अवे एट 69 ड्यू टू इलनेस, इलनेस के कारण उन्होंने डेथ हुई, एंड वो किड़े उहदे नाल एसोसीएटड ने, किड़ी इंडस्ट्री के नाल एसोसीएटड ने? मीडिया इंडस्ट्री, कन्नड फिल्म इंडस्ट्री, तमिल फिल्म इंडस्ट्री या म्यूजिक इंडस्ट्री? जी करेक्ट आंसर आएगा जी तमिल फिल्म इंडस्ट्री के नाल ये एसोसीएटड ने। अगला, मिनिस्ट्री ऑफ होम अफेयर्स इंट्रोड्यूस विच ग्रेन इन द मील्स ऑफ द इंडियन आर्म्ड फोर्सेस? इंडियन आर्म्ड फोर्सेस
ਤੇ ਜਿਹੜਾ ਖਾਣਾ ਹੈ ਫੂਡ ਹੈ ਉਹਦੇ ਵਿੱਚ ਕਿਹੜੀ ਨਵਾਂ ਫੂਡ ਗ੍ਰੇਨ ਕਿਹੜਾ ਜਿਹੜਾ ਗ੍ਰੇਨ ਹੈ ਉਹ ਐਡ ਕੀਤਾ ਗਿਆ ਓਟਸ ਬਾਰਲੇ ਮਿਲਟਸ ਕੀਨੂਆ ਹਾਂਜੀ ਜਲਦੀ ਆਨਸਰ ਦੇ ਦਿਓ ਇਟਸ ਵੈਰੀ ਈਜ਼ੀ ਕੁਐਸਚਨ ਈਜ਼ੀਲੀ ਤੁਸੀਂ ਇਹਨੂੰ ਗੈਸ ਵੀ ਕਰ ਸਕਦੇ ਹੋ ਐਂਡ ਠੀਕ ਵੀ ਹੋਏਗਾ ਇਹ ਜਲਦੀ ਜਲਦੀ ਆਨਸਰ ਦੇਵਾਂਗੇ ਏ ਬੀ ਸੀ ਔਰ ਡੀ ਕੀ ਆਏਗਾ ਜੀ ਕਰੈਕਟ ਆਨਸਰ ਛੇਤੀ ਛੇਤੀ ਆਨਸਰ ਦੇ ਦਿਓ ਕਰੈਕਟ ਆਨਸਰ ਹੈ ਜੀ ਮਿਲਟਸ ਕਿਉਂ ਕਿਉਂਕਿ ਇੰਟਰਨੈਸ਼ਨਲ ਈਅਰ ਆਫ ਮਿਲਟਸ ਜਿਹੜਾ ਹੈ ਉਹ 2023 ਹੈ ਐਂਡ ਮਿਲਟਸ ਦੀ ਬਹੁਤ ਹੀ ਜ਼ਿਆਦਾ ਰਿਲੇਵੈਂਟ ਨਿਊਜ਼ ਅੱਜ ਕੱਲ੍ਹ ਆ ਰਹੀਆਂ ਨੇ ਸੋ ਮਿਲਟਸ ਬਾਰੇ ਪੜ੍ਹ ਜਾਣਾ ਪੇਪਰ ਦੇ ਵਿੱਚ ਆਉਣ ਦੇ ਪੂਰੇ ਪੂਰੇ ਚਾਂਸਸ ਨੇ ਮਿਲਟਸ ਦੇ ਕਿ ਮਿਲਟਸ ਹੁੰਦੇ ਕੀ ਨੇ ਕਿਹਦੇ ਨਾਲ ਐਸੋਸੀਏਟਡ ਨੇ ਕਿਹੜੀਆਂ ਕ੍ਰੋਪਸ ਮਿਲਟਸ ਦੇ ਵਿੱਚ ਆਉਣਗੀਆਂ ਕਿਹੜੀ ਕੰਟੈਂਟ ਮਿਲਟਸ ਦੇ ਵਿੱਚ ਜ਼ਿਆਦਾ ਹੁੰਦਾ ਠੀਕ ਹੈ ਜੀ ਈਵਨ ਮਿਡ ਡੇ ਮੀਲਸ ਦੇ ਵਿੱਚ ਵੀ ਮਿਲਟਸ ਨੂੰ ਇੰਕਲੂਡ ਕਰਨ ਦੀ ਗੱਲ ਹੋ ਰਹੀ ਹੈ ਠੀਕ ਹੈ ਜੀ ਅੱਗੇ ਗੱਲ ਕਰਾਂਗੇ ਨੈਕਸਟ ਕੁਐਸਚਨ ਵੱਲ ਹੂ ਲੈਟ ਗੂਗਲ ਟੂ ਸਪਰੈਡ ਅਵੇਅਰਨੈਸ ਟੂਵਰਡਸ ਦੀ ਰਾਈਜ਼ਿੰਗ ਥ੍ਰੈਟਸ ਆਫ ਏਆਈ ਟੂ ਦ ਸੋਸਾਇਟੀ ਕਿੰਨਾ ਨੇ ਗੂਗਲ ਨੂੰ ਛੱਡਿਆ ਤਾਂ ਕਿ ਜਿਹੜੇ ਏਆਈ ਦੇ ਨਾਲ ਥ੍ਰੈਟਸ ਆ ਰਹੇ ਨੇ ਉਹਨਾਂ ਬਾਰੇ ਅਵੇਅਰਨੈਸ ਕ੍ਰੀਏਟ ਕਰ ਸਕਣ ਸੋਸਾਇਟੀ ਦੇ ਵਿੱਚ ਸਰਜੀ ਬ੍ਰਿਨ ਗ੍ਰੋਫਰੀ ਹੈਮਟਨ ਜੈਫ ਡੀਨ ਜਾਂ ਲੈਰੀ ਪੇਜ ਕਰੈਕਟ ਆਨਸਰ ਜੈਫਰੇ ਹੈਂਟਨ ਅਗਲਾ ਕੁਐਸਚਨ ਅੰਡਰ ਇੰਡੀਆ ਜੀ ਟਵੈਂਟੀ ਪ੍ਰੈਜੀਡੈਂਸੀ ਸਾਇੰਸ 20 ਇੰਗੇਜਮੈਂਟ ਗਰੁੱਪ ਸਾਇੰਸ 20 ਇੰਗੇਜਮੈਂਟ ਗਰੁੱਪ ਮੀਟਿੰਗ ਜਿਹੜੀ ਹੈ ਕਿਹੜੇ ਏਰੀਆ ਦੇ ਵਿੱਚ ਕੰਡਕਟ ਹੋਈ ਸੀ ਚੰਡੀਗੜ੍ਹ ਲਕਸ਼ਵਦੀਪ ਸਿੱਕਮ ਕੇਰਲਾ ਅੱਛਾ ਜੀ ਟਵੈਂਟੀ ਦੇ ਪ੍ਰੈਜੀਡੈਂਸੀ ਦੇ ਵਿੱਚ ਜੀ ਟਵੈਂਟੀ ਐਜੂਕੇਸ਼ਨਲ ਗਰੁੱਪ ਮੀਟਿੰਗ ਕਿੱਥੇ ਹੋਈ ਸੀ ਉਹ ਵੀ ਆਨਸਰ ਦੇਣਾ ਬੜਾ ਇੰਪੋਰਟੈਂਟ ਹੈ ਈਜ਼ੀ ਕੁਐਸਚਨ ਹੈ ਐਜੂਕੇਸ਼ਨਲ ਗਰੁੱਪ ਮੀਟਿੰਗ ਕਿੱਥੇ ਹੋਈ ਤੇ ਇਹ ਪ੍ਰੈਜੀਡੈਂਟ ਆਪਾਂ ਕਿਹਦੀ ਗੱਲ ਕਰ ਰਹੇ ਹਾਂ ਸਾਇੰਸ ਦੀ ਸਾਇੰਸ ਇੰਗੇਜਮੈਂਟ ਗਰੁੱਪ ਦੀ ਕਰੈਕਟ ਆਨਸਰ ਕੀ ਹੈ ਜੀ ਲਕਸ਼ਵਦੀਪ ਲਕਸ਼ਵਦੀਪ ਸਾਇੰਸ 20 ਇੰਗੇਜਮੈਂਟ ਗਰੁੱਪ ਮੀਟਿੰਗ ਹੋਈ ਲਕਸ਼ਵਦੀਪ ਦੇ ਵਿੱਚ ਐਜੂਕੇਸ਼ਨ ਗਰੁੱਪ ਮੀਟਿੰਗ ਹੋਈ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਜੀ ਅੰਮ੍ਰਿਤਸਰ ਦੇ ਵਿੱਚ ਐਜੂਕੇਸ਼ਨ ਗਰੁੱਪ ਮੀਟਿੰਗ ਹੋਈ ਸੀ ਸੋ ਜੀ ਟਵੈਂਟੀ ਵੀ ਬੜਾ ਇੰਪੋਰਟੈਂਟ ਹੈ ਤੁਹਾਡੇ ਲਈ ਕਿਉਂ ਕਿਉਂਕਿ ਇੰਡੀਆ ਦੇ ਕੋਲ ਪ੍ਰੈਜੀਡੈਂਸੀ ਹੈ ਸੋ ਇੰਡੀਆ ਦੇ ਕੋਲ ਪ੍ਰੈਜੀਡੈਂਸੀ ਹੋਣ ਦੇ ਕਾਰਨ ਤੁਸੀਂ ਇਹਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਨਾ ਅਦਰਵਾਈਜ਼ ਦਿੱਕਤ ਜਾਏਗੀ ਪੇਪਰ ਦੇ ਵਿੱਚ ਔਰ ਕੁਐਸਚਨ ਜੀ ਟਵੈਂਟੀ 'ਚੋਂ ਪੱਕਾ ਆਉਣੇ ਹੀ ਆਉਣੇ ਨੇ ਅਗਲਾ ਕੁਐਸਚਨ ਏਸ਼ੀਆਨ ਮੈਰੀਟਾਈਮ ਐਕਸਰਸਾਈਜ਼ 2023 ਬਿਗਿਨਸ ਟੂਡੇ ਇਨ ਦ ਹਾਰਬਰ ਫੇਸ ਦ ਈਵੈਂਟ ਇਜ਼ ਹੈਲਡ ਐਟ ਵਿੱਚ ਮਿਲਟਰੀ ਪੋਰਟ ਕਿਹੜਾ ਮਿਲਟਰੀ ਪੋਰਟ ਹੈ ਜਿਹੜੀ ਹੈ ਜਿਹੜੀ ਆਪਣੀ ਏਸ਼ੀਆਨ ਮਿਲਟਰੀ ਐਕਸਰਸਾਈਜ਼ ਸਟਾਰਟ ਹੋਣ ਜਾ ਰਹੀ ਹੈ ਨੋਰਫਲੋਕ ਨੇਵਲ ਬੇਸ ਜਪੋਂਡਨੀਆ ਲਿਟਸਾ ਨੇਵਲ ਬੇਸ ਵਾਸ਼ਿੰਗਟਨ ਨੇਵੀ ਯਾਰਡ ਜਾਂ ਚਾਂਗੀ ਨੇਵਲ ਬੇਸ ਹਾਂਜੀ ਅੱਜ ਹੀ ਪੜ੍ਹੇ ਹੈ ਚੈੱਕ ਕਰ ਲਓ ਆਪਣੀ ਨੌਲੇਜ ਕਿੰਨਾ ਕੁ ਯਾਦ ਰਹਿੰਦਾ ਤੇ ਕਿੰਨਾ ਕੁ ਤੁਸੀਂ ਭੁੱਲ ਗਏ ਹੋ ਜੇ ਅਗਰ ਹੁਣੇ ਹੀ ਆਪਾਂ ਭੁੱਲ ਰਹੇ ਹਾਂ ਤਾਂ ਫਿਰ ਸੋਚਣ ਦੀ ਗੱਲ ਹੈ ਕਿ ਪੇਪਰ 'ਚ ਕਿਵੇਂ ਯਾਦ ਰਹੂਗਾ ਪੜ੍ਹੇ ਹੀ ਅੱਜ ਹੈ ਨਾ ਪੜ੍ਹੇ ਹੀ ਅੱਜ ਹੈ ਤੇ ਅਗਰ ਅਸੀਂ ਅੱਜ ਵਾਲਾ ਹੀ ਭੁੱਲ ਰਹੇ ਹਾਂ ਤਾਂ ਫਿਰ ਸੋਚਣ ਦੀ ਗੱਲ ਹੈ ਕਿ ਕਿੰਨੀ ਵਾਰੀ ਰਿਵਾਈਜ਼ ਕਰਨ ਦੀ ਲੋੜ ਹੈ ਆਪਾਂ ਨੂੰ ਚੀਜ਼ਾਂ ਦੀ ਕਿ ਜੇ ਅਗਰ ਅਸੀਂ ਚੀਜ਼ਾਂ ਨੂੰ ਰਿਵਾਈਜ਼ ਨਹੀਂ ਕਰਾਂਗੇ ਤਾਂ ਪੇਪਰ 'ਚ ਇੱਦਾਂ ਹੀ ਭੁੱਲ ਜਾਵਾਂਗੇ ਫਿਰ ਪੜ੍ਹਨ ਦਾ ਫਾਇਦਾ ਨਹੀਂ ਜੇ ਤੁਸੀਂ ਪੇਪਰ ਦੇ ਵਿੱਚ ਤੁਹਾਨੂੰ ਯਾਦ ਨਾ ਰਹੇ ਹੈ ਨਾ ਕਰੈਕਟ ਆਨਸਰ ਇਜ਼ ਚਾਂਗੀ ਨੇਵਲ ਬੇਸ ਸਿੰਗਾਪੁਰ ਅਗਲਾ ਇੰਡੀਅਨ ਆਰਮੀ ਅਪੁਆਇੰਟ 5 ਵੁਮੈਨ ਆਫਿਸਰਸ ਟੂ ਵਿਚ ਡਿਵੀਜ਼ਨ ਆਫ ਦੀ ਮਿਲਟਰੀ ਫੋਰਸਿਸ ਇਹ ਕੱਲ੍ਹ ਪੜ੍ਹਿਆ ਸੀ ਇੰਡੀਅਨ ਆਰਮੀ ਨੇ 5 ਵੁਮੈਨ ਆਫਿਸਰਸ ਨੂੰ ਅਪੁਆਇੰਟ ਕੀਤਾ ਕਿਹੜੀ ਡਿਵੀਜ਼ਨ ਦੇ ਵਿੱਚ ਆਰਮਡ ਰੈਜੀਮੈਂਟ ਆਰਟਿਲਰੀ ਰੈਜੀਮੈਂਟ ਇਨਫੈਂਟਰੀ ਰੈਜੀਮੈਂਟ ਜਾਂ ਮੈਕਨਾਈਜ਼ ਰੈਜੀਮੈਂਟ ਏ ਬੀ ਸੀ ਔਰ ਡੀ ਕੀ ਆਏਗਾ ਜੀ ਕਰੈਕਟ ਆਨਸਰ ਫਟਾਫਟ ਆਨਸਰ ਦੇ ਦਿਓ ਏ ਬੀ ਸੀ ਔਰ ਡੀ ਆਰਮਡ ਰੈਜੀਮੈਂਟ ਆਰਟਿਲਰੀ ਇਨਫੈਂਟਰੀ ਜਾਂ ਮੈਕਨਾਈਜ਼ ਰੈਜੀਮੈਂਟ ਕਰੈਕਟ ਆਨਸਰ ਕੀ ਹੈ ਜੀ ਆਰਟਿਲਰੀ ਰੈਜੀਮੈਂਟ 5 ਵੁਮੈਨਸ ਦਾ ਬੈਚ ਸੀ ਕੱਲ੍ਹ ਹੀ ਪੜ੍ਹਿਆ ਸੀ ਦੇਖੋ ਅੱਜ ਅਗਰ ਆਪਾਂ ਮੈਂ ਚੈੱਕ ਕਰ ਰਹੀ ਹਾਂ ਜਿਹੜੇ ਬੱਚਿਆਂ ਨੇ ਕੱਲ੍ਹ ਵੀ ਕਲਾਸ ਲਗਾਈ ਆਪਾਂ ਕੱਲ੍ਹ ਪੜ੍ਹਿਆ ਔਰ ਅੱਜ ਤੁਸੀਂ ਆਨਸਰ ਗਲਤ ਦੇ ਰਹੇ ਹੋ ਸੋ ਦਰ ਇਜ਼ ਅ ਨੀਡ ਟੂ ਥਿੰਕ ਔਨ ਕਿ ਅਗਰ ਅਸੀਂ ਅੱਜ ਗਲਤ ਆਨਸਰ ਦੇ ਰਹੇ ਹਾਂ ਜਿਹੜੀ ਚੀਜ਼ ਅਸੀਂ ਕੱਲ੍ਹ ਪੜ੍ਹੀ ਹੈ ਤਾਂ ਪੇਪਰ ਦੇ ਵਿੱਚ ਜਾ ਕੇ ਆਪਾਂ ਨੂੰ ਕਿਵੇਂ ਯਾਦ ਰਹਿ ਜਾਏਗਾ ਸੋ ਧਿਆਨ ਨਾਲ ਕਲਾਸ ਲਗਾਓ ਪਾਰਟੀਸਪੇਟ ਪੂਰਾ ਕਰਿਆ ਕਰੋ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਇਹਨਾਂ ਦੀ ਟ੍ਰੇਨਿੰਗ ਕਿੱਥੇ ਹੋਈ ਸੀ ਓਟੀਟੀ ਅਕੈਡਮੀ ਚੇਨਈ ਦੇ ਵਿੱਚ ਆਫਿਸਰਸ ਟ੍ਰੇਨਿੰਗ ਅਕੈਡਮੀ ਚੇਨਈ ਦੇ ਵਿੱਚ ਟ੍ਰੇਨਿੰਗ ਕੰਪਲੀਟ ਕਰਨ ਤੋਂ ਬਾਅਦ ਇਹਨਾਂ ਨੂੰ ਆਰਟਿਲਰੀ ਰੈਜੀਮੈਂਟ ਦੇ ਵਿੱਚ ਅਪੁਆਇੰਟ ਕੀਤਾ ਗਿਆ ਵਾਟ ਵਾਜ਼ ਦ ਥੀਮ ਆਫ 2023 ਵਰਲਡ ਅਸਥਮਾ ਡੇ 2023 ਦੀ ਥੀਮ ਕੀ ਸੀ ਅਸਥਮਾ ਕੇਅਰ ਫੋਰ ਆਲ ਕਲੋਜ਼ਿੰਗ ਗੈਪਸ ਇਨ ਅਸਥਮਾ ਕੇਅਰ ਅਨਕਵਰਿੰਗ ਅਸਥਮਾ ਮਿਸਕਨਸੈਪਸ਼ਨਸ ਜਾਂ ਇਨ ਅਸਥਮਾ ਡੈਥਸ
ਅਸੀਂ ਇਹ ਵੀ ਕੱਲ ਪੜ੍ਹਿਆ ਸੀ, ਕੱਲ ਜਾਂ ਪਰਸੋਂ ਲਾਸਟ 2 ਡੇਜ਼ ਦੇ ਵਿੱਚ ਇਹਨੂੰ ਪੜ੍ਹਿਆ ਹੋਇਆ। ਸੋ ਆਨਸਰ ਜ਼ਰੂਰ ਦੇਣਾ ਕੀ ਆਏਗਾ ਜੀ ਕਰੈਕਟ ਆਨਸਰ। ਓਕੇ ਦੈਟਸ ਗ੍ਰੇਟ, ਵੈਲਕਮ ਮਲਕੀਤ ਸਿੰਘ, ਵੈਲਕਮ ਟੂ ਆਰ ਚੈਨਲ। ਬਈ ਦੇਖੋ ਜਿਹੜੇ ਫਸਟ ਟਾਈਮ ਕਲਾਸ ਲਗਾ ਰਹੇ ਨੇ, ਬੈਟਰ ਇਹੀ ਰਹਿੰਦਾ ਕਿ ਆਪਾਂ ਆਉਂਦੇ ਹੀ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੀਏ, ਕਿਉਂਕਿ ਆਉਣ ਵਾਲੇ ਟਾਈਮ ਦੇ ਉੱਪਰ, ਕਿਉਂਕਿ ਪਟਵਾਰੀ ਦਾ ਪੇਪਰ ਆਉਣ ਵਾਲਾ, ਐਕਸਾਈਜ਼ ਦਾ ਪੇਪਰ ਆਉਣ ਵਾਲਾ, ਬਹੁਤ ਸਾਰੇ ਐਗਜ਼ਾਮਸ ਲਾਈਨਡ ਅਪ ਨੇ। ਸੋ ਚੈਨਲ ਦੇ ਉੱਪਰ ਬਹੁਤ ਹੀ ਇੰਪੋਰਟੈਂਟ ਕੰਟੈਂਟ ਜਿਹੜਾ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ ਬੜਾ ਜ਼ਿਆਦਾ ਇੰਪੋਰਟੈਂਟ ਹੋਏਗਾ, ਉਹ ਚੈਨਲ ਦੇ ਉੱਪਰ ਰੈਗੂਲਰਲੀ ਆਉਂਦਾ ਰਹੇਗਾ। ਸੋ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਗੱਲ ਹੋਏਗੀ ਕਿ ਤੁਸੀਂ ਇਸ ਵੀਡੀਓਜ਼ ਦਾ, ਸੈਸ਼ਨਸ ਦਾ ਬੈਨੀਫਿਟ ਲੈ ਪਾਓਗੇ। ਕਰੈਕਟ ਆਨਸਰ ਕੀ ਹੈ ਜੀ? ਅਸਥਮਾ ਕੇਅਰ ਫੋਰ ਆਲ। ਸੀ ਦੇਖੋ ਕੱਲ ਪੜ੍ਹਿਆ ਤੇ ਹਲੇ ਵੀ ਆਪਾਂ ਗਲਤ ਆਨਸਰ ਦੇ ਰਹੇ ਹਾਂ। ਆਈ ਐਮ ਸੀਰੀਅਸਲੀ ਆਈ ਵੰਡਰ ਤੁਸੀਂ ਕੀ ਕਰਨਾ। ਅਸਥਮਾ ਕੇਅਰ ਫੋਰ ਆਲ, ਠੀਕ ਹੈ ਜੀ। ਹੁਣ ਆਪਾਂ ਕੀ ਕਰ ਦਾਂਗੇ, ਸੈਸ਼ਨ ਨੂੰ ਰੇਟ ਵਿਦ 5 ਸਟਾਰਸ ਪਲੱਸ ਅਲੋਂਗ ਵਿਦ ਦੈਟ ਫਲੈਟ 80% ਆਫ ਜਿਹੜਾ ਹੈ ਜੀ ਵੈਲਿਡ ਹੈ ਪੰਜਾਬ ਪੁਲਿਸ ਪਟਵਾਰੀ ਐਕਸਾਈਜ਼ ਦੇ ਬੈਚਸ ਦੇ ਉੱਪਰ। ਸੋ ਇਹ ਜਿਹੜੇ ਬੈਚਸ ਨੇ ਇਹਨਾਂ ਦੇ ਉੱਪਰ 80% ਆਫ ਲੈਣ ਲਈ ਤੁਸੀਂ ਇੱਕ ਕੋਡ ਲਗਾਉਣਾ ਹੈ। ਕੋਡ ਕੀ ਹੈ ਜੀ? ਅਫਸਰ। ਕੋਡ ਹੈ ਜੀ ਅਫਸਰ। ਜਦੋਂ ਤੁਸੀਂ ਕੋਡ ਅਫਸਰ ਲਗਾਓਗੇ ਤਾਂ ਬੈਚ ਜਿਹੜਾ ਹੈ ਆਨਲਾਈਨ ਮੋਡ ਦੇ ਵਿੱਚ ਸਿਰਫ ਔਰ ਸਿਰਫ 999 ਬੈਚ ਪਲੱਸ ਟੈਸਟ ਸੀਰੀਜ਼ ਤੁਹਾਨੂੰ ਸਿਰਫ ਇਸ ਪ੍ਰਾਈਸ ਤੇ ਮਿਲਦੀਆਂ ਨੇ, ਤੇ ਆਫਲਾਈਨ ਦੇ ਵਿੱਚ ਜਿਹੜਾ ਬੈਚ ਹੈ 1999 ਦਾ ਤੁਹਾਨੂੰ ਕੋਸਟ ਕਰਦਾ ਹੈ, ਜਿਹਦੇ ਵਿੱਚ ਟੈਸਟ ਸੀਰੀਜ਼ ਪਲੱਸ ਇੰਟਾਇਰ ਬੈਚ ਇਨਕਲੂਡ ਮਿਲਦਾ ਹੈ। ਐਂਡ ਸਿਮਿਲਰਲੀ ਤੁਸੀਂ ਇਨਰੋਲ ਕਿੱਥੇ ਕਰਨਾ ਹੈ? launchpadeducation.in ਤੇ ਜਾ ਕੇ ਤੁਸੀਂ ਇਨਰੋਲ ਕਰੋਗੇ, ਐਂਡ ਉੱਥੇ ਜਾ ਕੇ ਤੁਹਾਨੂੰ ਡਿਫਰੈਂਟ ਡਿਫਰੈਂਟ ਕੋਰਸਿਸ ਮਿਲਣਗੇ। ਪਲੱਸ ਇੱਕ ਚੀਜ਼ ਹੋਰ, ਪਟਵਾਰੀ ਦੀਆਂ ਟੈਸਟ ਸੀਰੀਜ਼ ਜਿਹੜੀਆਂ ਨੇ ਵੈਬਸਾਈਟ ਦੇ ਉੱਪਰ ਲਾਈਵ ਹੋ ਚੁੱਕੀਆਂ ਨੇ। ਸੋ ਜਿਨ੍ਹਾਂ ਨੇ ਹਲੇ ਤੱਕ ਆਪਣੇ ਆਪ ਨੂੰ ਚੈੱਕ ਨਹੀਂ ਕੀਤਾ ਜਾਂ ਤਿਆਰੀ ਪੂਰੀ ਕਰ ਲਈ ਹੈ ਤਾਂ ਹੁਣ ਟਾਈਮ ਹੈ। ਸਿਰਫ ਇਹ 10 ਦਿਨ ਨੂੰ ਇੰਨੇ ਵਧੀਆ ਤਰੀਕੇ ਨਾਲ ਯੂਟੀਲਾਈਜ਼ ਕਰੋ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਟੈਸਟ ਲਗਾਓ, ਚੈੱਕ ਕਰੋ ਕਿ ਤੁਸੀਂ ਕਿੱਥੇ ਲੈਗ ਕਰ ਰਹੇ ਹੋ, ਤੁਹਾਡੇ ਕਿਹੜੇ ਟੌਪਿਕ ਦੇ ਵਿੱਚ ਦਿੱਕਤ ਜਾ ਰਹੀ ਹੈ। ਸੋ ਪਟਵਾਰੀ ਦੀ ਟੈਸਟ ਸੀਰੀਜ਼ 'ਚ ਵੀ ਇਨਰੋਲ ਕਰਨ ਲਈ ਤੁਸੀਂ launchpadeducation.in ਤੇ ਵਿਜ਼ਿਟ ਕਰੋਗੇ। ਐਂਡ ਫਿਰ ਹੁਣ ਆਪਾਂ ਮਿਲਾਂਗੇ ਜੀ ਡੇਲੀ, ਡੇਲੀ ਕਲਾਸ ਹੁੰਦੀ ਹੈ ਕਰੰਟ ਅਫੇਅਰਸ ਦੀ ਮਾਰਨਿੰਗ 8 ਵਜੇ। ਕੱਲ੍ਹ ਆਪਾਂ ਮਿਲਦੇ ਹਾਂ ਹੁਣ 8 ਵਜੇ ਡੇਲੀ ਕਰੰਟ ਅਫੇਅਰਸ ਦੀ ਕਲਾਸ ਦੇ ਵਿੱਚ। ਟਿਲ ਦੈਨ ਬਾਏ, ਟੇਕ ਕੇਅਰ।